ਮੈਨੂੰ ਇਹਨਾਂ ਨੇ ਪਹਿਲਾਂ ਬੈਕ 'ਤੇ ਹੱਥ ਫੇਰਿਆ, ਪਰ ਖੜ੍ਹੀ ਹੋ ਕੇ ਨੀਚੇ ਦੇਖਣ ਲੱਗੀ ਸੀ ਇਹਨਾਂ ਨੇ ਮੈਨੂੰ, ਇੱਦੀ ਨੀਚੇ ਨੂੰ ਥੱਲੇ ਨੂੰ ਮੇਰੇ ਨਾਲ ਸੈਕਸ਼ੂਅਲ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ। ਵੱਡੀ ਸਿਸਟਰ ਨੂੰ ਸਾਰੀ ਗੱਲ ਦੱਸੀ ਸੀਗੀ ਕਿਉਂਕਿ ਮੈਂ ਡਿਪਰੈਸ਼ਨ 'ਚ ਜਾਣ ਲੱਗ ਪਈ ਸੀਗੀ। ਸਿੱਖਾਂ ਦੇ ਮੋਹਰੇ ਕੁੜੀਆਂ ਨਹੀਂ ਸੇਫ ਹੈਗੀਆਂ, ਵੀ ਕਿਸੇ ਪਾਸੇ ਵੀ ਨਹੀਂ ਸੇਫ ਸੀ, ਸਿੱਖ ਹੀ ਇਹ ਸਾਰਾ ਕੁਛ ਕਰਨ ਡੇ ਆ, ਤਾਂ ਅਮਰ ਛਕਣ ਹੋਣ ਦੇ ਬਾਵਜੂਦ ਵੀ ਇਹ ਕੁਛ ਕਰਨ ਡੇ ਆ। ਗਾਹਾਂ ਵਾਸਤੇ ਸਿੱਖਾਂ 'ਤੇ ਭਰੋਸਾ ਨਹੀਂ ਰਿਹਾ, ਜਾਂ ਤਾਂ ਫਿਰ ਉਹ ਹੈ ਨਹੀਂ ਜਾਂ ਫਿਰ ਮੈਂ ਹੈ ਨਹੀਂ। ਜਿਹੜੀ ਇਹ ਹਰਕਤ ਹੋਈ ਆ ਇੱਕ ਗੁਰਸਿੱਖ ਬੰਦੇ ਨੇ ਕੀਤੀ ਆ, ਸਭ ਤੋਂ ਵੱਡੀ ਸਾਡੇ ਲਈ ਸ਼ਰਮ ਦੀ ਗੱਲ ਤਾਂ ਇਹ ਹੈਗੀ ਹੈ। ਉਹ ਸਾਨੂੰ ਵੀ ਮਤਲਬ ਇਹ ਪ੍ਰੈਸ਼ਰਾਈਜ਼ ਕਰ ਰਹੇ ਆ ਵੀ ਉਹ ਮੋਹਰੇ ਸਰਦਾਰ ਆ ਜੀ, ਵੀ ਇਸ ਕਰਕੇ ਤੁਸੀਂ ਇਸ ਗੱਲ ਤੋਂ ਪਿੱਛੇ ਹਟ ਜਾਓ। ਹੁਸ਼ਿਆਰਪੁਰ ਤੋਂ ਇੱਕ ਬੜੀ ਚਿੰਤਾਜਨਕ ਖਬਰ ਸਾਹਮਣੇ ਆਈ ਆ, ਜਿਸ ਵਿੱਚ ਇੱਕ ਕੰਮ ਕਰਨ ਵਾਲੀ ਕੁੜੀ 'ਤੇ ਜ਼ਿਆਦਤੀ ਅਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਹੇਠ ਕਈ ਗੰਭੀਰ ਆਰੋਪ ਇੱਕ ਦੁਕਾਨਦਾਰ ਉੱਤੇ ਲੱਗੇ ਹਨ। ਕਈ ਮੀਡੀਆ ਕਰਮੀਆਂ ਨੇ ਇਸ ਖਬਰ ਨੂੰ ਚਲਾਉਣ ਤੋਂ ਕਿਨਾਰਾ ਕੀਤਾ, ਜਿਸ ਤੋਂ ਬਾਅਦ ਇਹ ਲੋਕ ਟੀਮ GBC ਅਪਡੇਟ ਦੇ ਕੋਲ ਪਹੁੰਚੇ ਅਤੇ ਟੀਮ GBC ਅਪਡੇਟ ਨੇ ਜਦ ਖਬਰ ਦੀ ਤਹਿ ਤੱਕ ਜਾ ਕੇ ਜਾਂਚ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਪੀੜਤਾ ਨੂੰ ਇਨਸਾਫ ਮਿਲਣਾ ਤਾਂ ਦੂਰ ਦੀ ਗੱਲ, ਖਬਰ ਨੂੰ ਚਲਾਉਣ ਤੋਂ ਮਨ੍ਹਾ ਕੀਤਾ ਗਿਆ। ਹੁਣ ਗੱਲ ਇਹ ਨਹੀਂ ਸਮਝ ਲੱਗ ਰਹੀ ਕਿ ਕਈ ਵਾਰ ਪੁਲਿਸ ਝੂਠੇ ਰੇਪ ਅਤੇ ਛੇੜਖਾਨੀ ਦੇ ਮਾਮਲੇ ਕਈ ਗਰੀਬਾਂ ਉੱਤੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਵਿੱਚ ਧੱਕ ਦਿੰਦੀ ਹੈ, ਪਰ ਇਸ ਮਾਮਲੇ ਦੀ ਕੰਪਲੇਂਟ ਮਿਲਣ ਤੋਂ ਬਾਅਦ ਕੀ ਪੁਲਿਸ ਜਾਂਚ ਵਿੱਚ ਜੁੱਟ ਗਈ ਹੈ ਜਾਂ ਸਿਰਫ ਬਹਾਨੇ ਬਣਾ ਕੇ ਇਸ ਮੁੱਦੇ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ। ਜਦੋਂ ਅਸੀਂ ਦੂਜੇ ਧਿਰ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਸਾਨੂੰ ਉਹਨਾਂ ਨੇ ਪੱਖ ਕੀ ਦੱਸਣਾ, ਸਾਨੂੰ ਵੱਡੇ ਵੱਡੇ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ। ਅਸੀਂ ਇਹ ਖਬਰ ਤਾਂ ਨਸਰ ਕਰ ਰਹੇ ਹਾਂ ਕਿ ਕਿਤੇ ਰਾਜਨੀਤਿਕ ਦਬਾਅ ਹੇਠ ਜਾਂ ਪ੍ਰਸ਼ਾਸਨਿਕ ਦਬਾਵਾਂ ਦੇ ਹੇਠ ਇੱਕ ਧੀ ਜਿਹੜੀ ਪੰਜਾਬ ਦੀ ਧੀ ਹੈ ਜਿਸ ਨੂੰ ਇਨਸਾਫ ਮਿਲਣਾ ਚਾਹੀਦਾ, ਉਸਦੀ ਇਨਸਾਫ ਦੀ ਆਸ ਮਿੱਟੀ ਥੱਲੇ ਦਫਨ ਨਾ ਹੋ ਜਾਵੇ। ਇਹ ਖਬਰ ਤਾਂ ਪ੍ਰਕਾਸ਼ ਵਿੱਚ ਲਿਆ ਰਹੇ ਹਾਂ ਕਿ ਕੋਈ ਤਾਂ ਖਬਰ ਨੂੰ ਦੇਖ ਕੇ ਐਕਸ਼ਨ ਲਵੇਗਾ, ਪੁਲਿਸ ਅਤੇ ਪ੍ਰਸ਼ਾਸਨ 'ਤੇ ਕੋਈ ਤਾਂ ਪ੍ਰਭਾਵ ਪਵੇਗਾ, ਤਾਂ ਜਾਂ ਕਿਤੇ ਇਸ ਦੀ ਇਨਕੁਆਇਰੀ ਤਾਂ SIT ਲੈਵਲ ਦੇ ਅਧਿਕਾਰੀਆਂ ਤੋਂ ਕਰਵਾਈ ਜਾ ਸਕੇ। ਜੋ ਸੱਚ ਹੈ ਉਹ ਤਾਂ ਲੋਕਾਂ ਦੇ ਸਾਹਮਣੇ ਆ ਸਕੇ। ਕੀ ਧੀਆਂ ਨੂੰ ਇਨਸਾਫ ਦੇ ਵਾਸਤੇ ਇੰਨਾ ਕੁਝ ਸਹਿਣਾ ਪਵੇਗਾ? ਕੀ ਇਹ ਕਿਸੇ ਨੂੰ ਇਨਸਾਫ ਦੇ ਵਾਸਤੇ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈਣਗੀਆਂ? ਕੀ ਇਹੀ ਉਹ ਨਾਰਾ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ, ਕੀ ਇਹੋ ਨਾਰਾ ਕਿ ਮੁੰਡੇ ਅਤੇ ਕੁੜੀਆਂ ਨੂੰ ਬਰਾਬਰ ਦਾ ਹੱਕ ਮਿਲੇਗਾ? ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਜੀ ਜੇ ਇਸ ਵੀਡੀਓ ਨੂੰ ਦੇਖ ਰਹੇ ਨੇ ਤਾਂ ਉਹ ਤੁਰੰਤ DGP ਪੰਜਾਬ ਨੂੰ ਆਰਡਰ ਜਾਰੀ ਕਰਕੇ ਇਸ ਮਾਮਲੇ ਸੰਬੰਧੀ ਗਹਿਰਾਈ ਤੱਕ ਜਾਂਚ ਕਰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕੀਤਾ ਜਾਵੇ। ਇਸ ਸਾਰੇ ਮਾਮਲੇ ਬਾਰੇ ਜਦੋਂ ਦੂਜੀ ਧਿਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਡਾ ਰਾਜ਼ੀਨਾਮਾ ਹੋ ਚੁੱਕਾ ਅਤੇ ਜਦੋਂ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਸਿਰਫ ਇੱਕ ਬਹਾਨੇਬਾਜ਼ੀ ਬਣਾ ਕੇ ਇਸ ਗੱਲ ਨੂੰ ਦਬਾ ਦਿੱਤਾ ਗਿਆ ਅਤੇ ਆਪਣਾ ਕੋਈ ਵੀ ਪੱਖ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ। ਪੰਜਾਬ ਦੀ ਧੀ ਦੇ ਨਾਲ ਛੇੜਛਾੜ ਤੋਂ ਬਾਅਦ ਸਿਰਫ ਰਾਜ਼ੀਨਾਮੇ ਹੀ ਹੋਣਗੇ ਜਾਂ ਉਸਨੂੰ ਇਨਸਾਫ ਵੀ ਮਿਲੇਗਾ? ਇੱਕ ਸਵਾਲ ਬਣ ਕੇ ਰਹਿ ਗਿਆ ਹੈ। ਇਸ ਸਾਰੇ ਮਾਮਲੇ ਬਾਰੇ SHO ਸਿਟੀ ਨੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ, ਜੋ ਵੀ ਉਹਨਾਂ ਨਾਲ ਗੱਲਬਾਤ ਹੋਈ ਹੈ। GBC ਅਪਡੇਟ ਦੇ ਲਈ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਨਵਨੀਤ ਸਿੰਘ ਚੀਮਾ ਦੀ ਰਿਪੋਰਟ। ਜੀ ਸਤਿ ਸ਼੍ਰੀ ਅਕਾਲ ਦੋਸਤੋ, GBC ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਨਵਨੀਤ ਸਿੰਘ ਚੀਮਾ। ਪੰਜਾਬ ਸਰਕਾਰ ਦਾ ਇੱਕ ਨਾਰਾ ਕਿ ਧੀਆਂ ਪੜ੍ਹਾਓ ਅਤੇ ਦੇਸ਼ ਬਚਾਓ, ਪਰ ਜੇ ਧੀਆਂ ਹੀ ਸੁਰੱਖਿਅਤ ਨਹੀਂ ਹਨ ਤਾਂ ਦੇਸ਼ ਨੂੰ ਕੌਣ ਸੁਰੱਖਿਅਤ ਰੱਖੇਗਾ? ਇੱਕ ਤਾਜ਼ਾ ਹੀ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਿਹਾ, ਜਿੱਥੇ ਕਿ ਇੱਕ ਹੁਸ਼ਿਆਰਪੁਰ ਦੀ ਧੀ ਜਿਸ ਨਾਲ ਇੱਕ ਅੱਤਿਆਚਾਰ ਹੋ ਰਿਹਾ, ਪਰ ਉਸਦਾ ਇਨਸਾਫ ਕਰਨ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਸਿੱਖ ਜਥੇਬੰਦੀਆਂ ਪਿੱਛੇ ਹਟ ਰਹੀਆਂ ਹਨ। ਕੀ ਕਾਰਨ ਹੈ, ਉਹਦੇ ਕੀ ਮਾਮਲਾ ਹੋਇਆ? ਸਾਡੇ ਨਾਲ ਉਹ ਧੀ ਮੌਜੂਦ ਹੈ, ਅਸੀਂ ਉਸ ਨਾਲ ਗੱਲਬਾਤ ਕਰਦੇ ਹਾਂ ਅਤੇ ਸਾਰੀ ਜਾਣਕਾਰੀ ਹਾਸਲ ਕਰਦੇ ਹਾਂ। ਹਾਂਜੀ, ਮੈਂ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ GBC ਅਪਡੇਟ ਦੇ ਵਿੱਚ। ਕੀ ਮਾਮਲਾ ਹੋਇਆ ਅਤੇ
ਕਿੰਨੀ ਤਰੀਕ ਦਾ ਵਾਕਿਆ ਹੈ ਅਤੇ ਸਾਰੀ ਗੱਲਬਾਤ ਜਿਹੜੀ ਆ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ? 31 ਤਰੀਕ ਦੀ ਗੱਲ ਹੈ ਸਾਰੀ, 8ਵੇਂ ਮਹੀਨੇ ਦੀ 31 ਤਰੀਕ ਦੀ ਗੱਲ। ਅੱਛਾ ਜੀ। ਮੈਂ ਕੰਮ ਦਾ ਪਤਾ ਕਰਨ ਗਈ ਸੀਗੀ, ਨਿਊ ਰਵੀ ਬੁਟੀਕ ਸ਼ੋਪ 'ਤੇ ਗਈ ਸੀਗੀ। ਨਿਊ ਰਵੀ ਬੁਟੀਕ ਇਹ ਬੈਂਕ ਦੇ ਸਾਹਮਣੇ ਆ ਸ਼ੋਪ, PNB ਬੈਂਕ। ਹਾਂਜੀ। ਉਹਦੇ ਸਾਹਮਣੇ ਸ਼ੋਪ ਆ, ਘੰਟਾ ਘਰ ਦੇ ਕੋਲ। ਇਹਨਾਂ ਸਾਹਮਣੇ ਸਾਈਨ ਬੋਰਡ ਲੱਗਾ ਸੀ ਕਿ ਕੁੜੀ ਮੁੰਡੇ ਦੀ ਲੋੜ ਆ ਕੰਮ ਦੇ ਲਈ। ਹਾਂਜੀ। ਅਤੇ ਮੈਂ ਕੰਮ ਦਾ ਪਤਾ ਕਰਨ ਅੰਦਰ ਗਈ ਸੀਗੀ ਅਤੇ ਪਹਿਲਾਂ ਮੈਂ ਇਹਨਾਂ ਨੂੰ ਪੁੱਛਿਆ ਕਿ ਮੈਂ ਕਿਹਾ ਕੰਮ ਮੈਂ ਪਤਾ ਕਰਨਾ ਆ, ਅਤੇ ਕਹਿੰਦੇ ਹਾਂਜੀ ਕੰਮ ਇੱਥੇ ਹੈਗਾ ਆ। ਇਹਨਾਂ ਨੇ ਮੈਨੂੰ ਕਿਹਾ ਕਿ ਲੱਗ ਸਕਦੇ ਇੱਥੇ, ਅਤੇ ਮੈਂ ਕਿਹਾ ਓਕੇ ਠੀਕ ਆ। ਅਤੇ ਬਾਅਦ ਵਿੱਚ ਮੈਨੂੰ ਇਹਨਾਂ ਨੇ ਸੈਲਰੀ ਦੀ ਗੱਲ ਕੀਤੀ ਅਤੇ ਮੈਨੂੰ ਕਹਿੰਦੇ ਸੈਲਰੀ ਲਿਖ ਦੇ। ਮੈਂ ਕਿਹਾ ਨਹੀਂ, ਇਹ ਸੈਲਰੀ ਤੁਸੀਂ ਦੇਣੀ ਹੈ ਮੈਨੂੰ, ਤੁਸੀਂ ਆਪਣੇ ਹਿਸਾਬ ਨਾਲ ਲਿਖ ਦਿਓ ਜਿੰਨੀ ਦੇਣੀ ਆ। ਇਹਨਾਂ ਨੇ ਜ਼ਬਰਦਸਤੀ ਮੇਰੇ ਕੋਲ ਸੈਲਰੀ ਲਿਖਾ ਦਿੱਤੀ, ਮੈਂ 8500 ਲਿਖ ਦਿੱਤੀ ਸੈਲਰੀ। ਮੈਂ ਕਿਹਾ ਬਾਕੀ ਤੁਸੀਂ ਮੈਨੂੰ ਆਪ ਦੇਖ ਲਿਓ, ਕਿਉਂਕਿ ਮੈਨੂੰ ਇਸ ਕੰਮ ਦੀ ਨੌਲੇਜ ਹੈ ਨਹੀਂ ਗੀ ਇੰਨੀ। ਅਤੇ ਮੈਨੂੰ ਇਹਨਾਂ ਨੇ ਆਪਣੀ ਸਾਈਡ ਬਿਠਾਇਆ, ਕਹਿੰਦੇ ਕਿੱਧਰਲੀ ਸਾਈਡ ਆ ਕੇ ਬੈਠ ਜਾ। ਮੈਂ ਉੱਧਰਲੀ ਸਾਈਡ ਆ ਕੇ ਬੈਠੀ ਅਤੇ ਮੈਨੂੰ ਇਹਨਾਂ ਨੇ ਪਹਿਲਾਂ ਬੈਕ 'ਤੇ ਹੱਥ ਫੇਰਿਆ, ਬਟ ਇਹਨਾਂ ਦੀ ਉਮਰ ਜ਼ਿਆਦਾ ਸੀ, ਇੱਕ ਸਿੱਖ ਸੀਗੇ ਅਤੇ ਮੈਂ ਗਲਤ ਨਹੀਂ ਸਮਝਿਆ। ਓਨਰ ਸੀ ਦੁਕਾਨ ਦਾ ਜਸਪਾਲ ਸਿੰਘ, ਉਹਨੇ ਹਰਕਤ ਕੀਤੀ ਇਹ, ਅਤੇ ਇਹਨੇ ਬੈਕ 'ਤੇ ਹੱਥ ਫੇਰਿਆ। ਅਤੇ ਮੈਂ ਉਮਰ ਦੇ ਲਿਹਾਜ਼ 'ਤੇ ਸਿੱਖੀ ਦੇ ਕਰਕੇ ਮੈਂ ਕੁਛ ਨਹੀਂ ਕਿਹਾ ਇਹਨਾਂ ਨੂੰ, ਮੈਂ ਕਿਹਾ ਨਹੀਂ ਜ਼ਿਆਦਾ ਉਮਰ ਦੇ ਆ। ਬਾਅਦ ਵਿੱਚ ਮੈਨੂੰ ਇਹਨਾਂ ਨੇ ਕਿਹਾ ਕਿ ਤੈਨੂੰ ਫਲੋਰ ਦਿਖਾਉਣੇ ਆ। ਮੈਂ ਕਿਹਾ ਨਹੀਂ, ਮੈਂ ਕੱਲ੍ਹ ਨੂੰ ਆਊਂਗੀ ਆਪਣੀ ਮਦਰ ਦੇ ਨਾਲ ਅਤੇ ਮੈਂ ਆ ਕੇ ਉੱਥੇ ਫਲੋਰ ਸਾਰੀ ਚੈੱਕ ਕਰ ਲੂੰਗੀ। ਮੈਂ ਕਿਹਾ ਨਾਲੇ ਮੇਰੀ ਮੰਮਾ ਨੂੰ ਪਤਾ ਲਾਓ ਜੋ ਕਿੱਥੇ ਕੰਮ ਕਰਨਾ ਆ। ਨਹੀਂ, ਕਹਿੰਦੇ ਤੂੰ ਅੱਜ ਹੀ ਫਲੋਰ ਚੈੱਕ ਕਰ ਲਾ ਅਤੇ ਕੱਲ੍ਹ ਤੋਂ ਕੰਮ ਤੋਂ ਨਾ ਸਟਾਰਟ ਕਰ ਲਿਓ, ਮੰਮਾ ਨੂੰ ਲੈ ਆਇਓ ਚਾਹੇ। ਮੈਂ ਕਿਹਾ ਓਕੇ। ਬਾਅਦ ਵਿੱਚ ਪਹਿਲੇ ਦਿਨ ਦੀ ਗੱਲ ਹੀ ਹੈ? ਹਾਂਜੀ, ਫਸਟ ਡੇ ਦੀ ਆ। ਬਾਅਦ ਵਿੱਚ ਇਹਨਾਂ ਨੇ ਮੈਨੂੰ ਫਲੋਰ ਦਿਖਾਉਣੇ ਸਟਾਰਟ ਕੀਤੇ। ਪਹਿਲਾਂ ਇਹਨਾਂ ਨੇ ਮੈਨੂੰ ਕਾਊਂਟਰ ਦਿਖਾਇਆ, ਪੌੜੀਆ ਦੇ ਵਿੱਚ ਸੀਗਾ, ਉੱਥੇ ਦਿਖਾਇਆ ਅਤੇ ਕਹਿੰਦੇ ਕਿ ਇੱਥੇ ਸਾਰੇ ਕੱਪੜੇ ਰੈਡੀਮੇਡ ਦੇ, ਤੂੰ ਇਹ ਜਾਣਦੀ ਹੈ ਕੀ? ਮੈਂ ਕਹਿੰਦੀ ਮੈਂ ਨਹੀਂ ਜਾਣਦੀ ਹੈਗੀ ਕੱਪੜੇ ਨੂੰ। ਅਤੇ ਕਹਿੰਦੇ ਓਕੇ ਠੀਕ ਆ। ਕਹਿੰਦੇ ਕਿੰਨੀ ਦੇਰ ਤੱਕ ਸਿੱਖੂਗੀ? ਮੈਂ ਕਿਹਾ 2 ਮਹੀਨੇ ਤੱਕ ਮੈਂ ਸਿੱਖ ਲੂੰਗੀ, ਜੇ 2 ਹਫ਼ਤੇ ਤੱਕ ਸਿੱਖੂਗੀ ਮੈਂ। ਹਾਂਜੀ, ਮੈਂ ਅਨਟ੍ਰੇਨਡ ਆ ਇਹਦੇ ਵਿੱਚ। ਅਤੇ ਮੈਨੂੰ ਕਹਿੰਦੇ ਓਕੇ ਤੂੰ ਤਦ ਤੱਕ ਸਿੱਖ ਲਈ। ਫਿਰ ਮੈਨੂੰ ਕਹਿੰਦੇ ਨੀਚੇ ਵੀ ਫਲੋਰ ਵਿੱਚ ਹੈਗਾ ਆ ਕੰਮ, ਅਤੇ ਉੱਥੇ ਇੱਕ ਵਾਰੀ ਦੇਖ ਲਈ। ਮੈਂ ਕਿਹੜੀ ਅੰਡਰ ਮੈਂ ਕੱਲ੍ਹ ਨੂੰ ਆਊਂਗੀ, ਮੰਮਾ ਦੇ ਨਾਲ ਹੀ ਦੇਖੂੰਗੀ, ਮੈਂ ਅੰਡਰ ਨੀਦਾ ਜਾਣਾ ਹੈਗਾ ਆ। ਨਹੀਂ, ਕਹਿੰਦੇ ਇੱਕ ਵਾਰੀ ਚੈੱਕ ਕਰ ਲਾ, ਅਤੇ ਕਹਿੰਦੇ ਉੱਪਰੋਂ ਹੀ ਖੜੀ ਹੋ ਕੇ ਚੈੱਕ ਕਰ ਲਾ। ਮੈਂ ਉੱਪਰੋਂ ਖੜੀ ਹੋ ਕੇ ਨੀਚੇ ਦੇਖਣ ਲੱਗੀ ਸੀ, ਇਹਨਾਂ ਨੇ ਮੈਨੂੰ ਇੱਦੀ ਨੀਚੇ ਨੂੰ ਥੱਲੇ ਨੂੰ ਪੌੜੀ ਵੱਲ ਨੂੰ ਧੱਕਾ ਦੇ ਦਿੱਤਾ ਅਤੇ ਮੈਂ ਹਾਂਜੀ ਅਤੇ ਮੈਂ ਨੀਚੇ ਨੂੰ ਚਲ ਗਈ ਇੱਦਾਂ ਹੀ। ਫਿਰ ਬਾਅਦ ਵਿੱਚ ਇਹਨਾਂ ਨੇ ਮੈਨੂੰ ਸਾਰਾ ਦਿਖਾ ਤਾ, ਕਹਿੰਦੇ ਕਿ ਦੇਖ ਲਾ ਆਹ ਸਾਰਾ ਸਮਾਨ ਪਿਆ ਆ। ਮੈਂ ਸਮਾਨ ਦੇਖਿਆ, ਬਾਅਦ ਵਿੱਚ ਇਹਨਾਂ ਨੇ ਮੈਨੂੰ ਗਲਤ ਹਰਕਤ ਕੀਤੀ, ਗਲਤ ਟੱਚ ਕੀਤੀ ਇਹਨਾਂ ਨੇ ਮੈਨੂੰ, ਮੇਰੇ ਨਾਲ ਸੈਕਸ਼ੂਅਲ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ, ਬਟ ਮੈਂ ਹੋਣ ਨਹੀਂ ਦਿੱਤਾ। ਬਾਅਦ ਵਿੱਚ ਇਹਨਾਂ ਨੇ ਮੇਰੇ ਨਾਲ ਧੱਕਾ ਮੁੱਕੀ ਵੀ ਕੀਤੀ, 2 ਵਾਰੀ ਮੈਂ ਡਿੱਗ ਵੀ ਗਈ ਸੀਗੀ। ਅਤੇ ਬਾਅਦ ਵਿੱਚ ਮੈਂ ਆਪਣਾ ਬਚਾਅ ਕਰਨ ਲਈ ਮੈਂ ਉੱਥੋਂ ਜਲਦੀ ਨਾਲ ਜਲਦੀ ਭੱਜੀ ਦੁਕਾਨ ਤੋਂ ਬਾਹਰ ਆਈ। ਦੁਕਾਨ ਤੋਂ ਬਾਹਰ ਆ ਕੇ ਮੈਂ ਇੱਦਾਂ ਹੀ ਆਪਣੀ ਸ਼ੋਪ ਵੱਲ ਨੂੰ ਚੱਲ ਗਈ। ਫਿਰ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਪਿੱਛੋਂ ਬੈਗ ਤੋਂ ਬਾਜ ਮਾਰ ਕੇ ਵੀ ਇਹ ਗੱਲ ਕਹੀ, ਤੈਨੂੰ ਮੈਨੂੰ ਧਮਕੀ ਦਿੱਤੀ ਕਿ ਜੇ ਤੂੰ ਕਿਸੇ ਨਾਲ ਗੱਲ ਵੀ ਕੀਤੀ ਜਾਂ ਕਿਸੇ ਤੱਕ ਵੀ ਇਹ ਗੱਲ ਕੀਤੀ ਅਤੇ ਤੇਰਾ ਘਰੋਂ ਬਾਹਰ ਨਿਕਲਣਾ ਔਖਾ ਕਰ ਦੇਣਾ। ਓਨਰ ਨੇ ਦਿੱਤੀ, ਜਸਪਾਲ ਸਿੰਘ ਨੇ, ਕੋਈ ਵੀ ਨਹੀਂ ਮੌਜੂਦ ਸੀ, ਇਕੱਲੇ ਜਸਪਾਲ ਸਿੰਘ ਸੀ। ਮੈਂ ਇਹਨਾਂ ਨੂੰ ਪੁੱਛਿਆ ਸੀਗਾ ਕਿ ਕੋਈ ਕੁੜੀ ਕੰਮ ਕਰਦੀ ਹੈ, ਮੈਨੂੰ ਫੋਨ ਨੰਬਰ ਦੇ ਦਿਓ ਉਹਨਾਂ ਦਾ, ਅਤੇ ਮੈਂ ਉਹਨਾਂ ਨਾਲ ਕੰਟੈਕਟ ਕਰਕੇ ਪੁੱਛ ਲੂੰਗੀ ਕਿੱਦਾਂ ਕੰਮ ਹੈ ਇੱਥੇ। ਇਹਨਾਂ ਨੇ ਮੈਨੂੰ ਕੋਈ ਕੰਟੈਕਟ ਨੰਬਰ ਨਹੀਂ ਦਿੱਤਾ ਉਹਨਾਂ ਦਾ, ਕਹਿੰਦੇ ਕਿ ਨਹੀਂ ਸਾਡੇ ਕੋਲ ਕੁੜੀਆਂ ਦੇ ਕੰਟੈਕਟ ਨੰਬਰ ਨਹੀਂ ਅਸੀਂ ਦੇ ਸਕਦੇ ਹੈਗੇ ਆ। ਇਹਨਾਂ ਨੇ ਕੰਟੈਕਟ ਨੰਬਰ ਨਹੀਂ ਦਿੱਤਾ। ਫਿਰ ਇਹਨਾਂ ਨੇ ਇਹ ਵੀ ਗੱਲ ਕੀ ਕਿ 3 ਤਰੀਕ ਨੂੰ ਕੁੜੀ ਸਾਡੇ ਕੋਲ ਆਈ ਹੈ, ਮੈਂ 3 ਤਰੀਕ ਨੂੰ ਉਹਨਾਂ ਦੀ ਸ਼ੋਪ 'ਤੇ ਗਈ ਨਹੀਂ ਸੀਗੀ, ਕਿਉਂਕਿ 3 ਤਰੀਕ ਨੂੰ ਮੇਰੀ ਵੱਡੀ ਸਿਸਟਰ ਦਾ ਬਰਥਡੇ ਸੀਗਾ, ਅਸੀਂ ਘਰੇ ਹੀ ਸੀਗੇ, ਬਰਥਡੇ ਸੈਲੀਬ੍ਰੇਟ ਘਰੇ ਕੀਤਾ ਉਹਨਾਂ ਦਾ। ਅਤੇ ਬਾਅਦ ਵਿੱਚ ਮੈਂ 4 ਤਰੀਕ ਨੂੰ ਆਈ ਸੀ, ਉਹ ਵੀ ਮੈਂ ਵੱਡੀ ਸਿਸਟਰ ਨੂੰ ਸਾਰੀ ਗੱਲ ਦੱਸੀ ਸੀਗੀ, ਕਿਉਂਕਿ ਮੈਂ ਡਿਪਰੈਸ਼ਨ 'ਚ ਜਾਣ ਲੱਗ ਪਈ ਸੀਗੀ। ਫਿਰ ਉਹਨੇ ਮੈਨੂੰ ਸਾਰੀ ਗੱਲ ਪੁੱਛੀ ਸੀ, ਉਹਨੇ ਬ੍ਰਦਰਸ ਨੂੰ ਫੋਨ ਕਰਕੇ ਕਿਹਾ ਸੀ ਕਿ ਉੱਥੇ ਸ਼ੋਪ 'ਤੇ ਆ ਕੇ ਪਤਾ ਕਰਨਾ ਆ ਕੀ ਗਲਤ ਕੰਮ ਕੀਤਾ ਆ। ਬ੍ਰਦਰਸ ਆਈਜ਼ ਨਾਲ ਅਤੇ ਮੈਂ ਗਈ ਸੀ, ਉਹਨਾਂ ਨੇ ਸਿਰਫ ਜਸਟ ਇਹ ਪੁੱਛਿਆ ਸੀ ਕਿ ਤੁਸੀਂ ਕੀਤਾ ਕੀ ਗਲਤ ਕੰਮ। ਅਤੇ ਜਿੱਦਾਂ ਮੈਂ 31 ਤਰੀਕ ਨੂੰ ਗਈ ਸੀ, ਉੱਦਣ ਇਹਨਾਂ ਦੇ ਕੈਮਰੇ ਚਾਲੂ ਸੀਗੇ, ਕੈਮਰੇ ਓਪਨ ਸੀ, ਬਟ 4 ਤਰੀਕ ਨੂੰ ਜਦ ਗਏ ਅਸੀਂ ਕੈਮਰੇ ਇਹਨਾਂ ਦੇ ਔਫ ਸੀਗੇ, ਇਹਨਾਂ ਦੇ ਲੀਡਸ ਉਤਾਰੀਆਂ ਹੋਈਆਂ ਸੀਗੀਆਂ ਅਤੇ DVD ਰਿਕਾਰਡ ਸਾਰੇ ਡਿਲੀਟ ਕੀਤੇ ਹੋਏ ਸੀ ਇਹਨਾਂ ਨੇ। ਅਤੇ ਉੱਦਣ ਝੂਠ ਬੋਲਦੇ ਸੀ ਜਿਹੜੇ ਇਹਨਾਂ ਦੇ ਬ੍ਰਦਰਸ ਸੀ ਅਤੇ ਇਹਨਾਂ ਦੇ ਸਿਸਟਰ ਸੀਗੇ, ਉਹ ਵੀ ਸਾਹਮਣੇ ਬੈਠੇ ਹੋਏ ਸੀ।
ਉਹਨਾਂ ਦੇ ਮੋਹਰੇ ਇਹਨਾਂ ਦੇ ਬ੍ਰਦਰਸ ਕਹਿੰਦੇ ਸੀ ਕਿ ਅਸੀਂ ਪੱਗ ਪੈਰਾਂ 'ਚ ਲਾ ਕੇ ਰੱਖ ਦਿੰਦੇ, ਤੂੰ ਗੱਲ ਖਤਮ ਕਰ ਦੇ ਇੱਥੇ ਹੀ, ਰਾਜ਼ੀਨਾਮਾ ਕਰ ਦੇ ਇੱਥੇ। ਮੈਂ ਕਹਿੰਦੀ ਮੈਂ ਰਾਜ਼ੀਨਾਮਾ ਨਹੀਂ ਕਰਨਾ, ਮੈਂ ਇਹਨਾਂ ਤੋਂ ਮਾਫ਼ੀ ਮੰਗਾਉਣੀ ਆ, ਜਾਂ ਤਾਂ ਮਾਫ਼ੀ ਪੂਰੇ ਬਾਜ਼ਾਰ 'ਚ ਮੰਗਣ ਅਤੇ ਜਾਂ ਤਾਂ ਨਹੀਂ ਤਾਂ ਇਹਨਾਂ ਨੂੰ ਫਿਰ ਸਜ਼ਾ ਹੋਵੇ। ਅਤੇ ਉਹਨਾਂ ਨੇ ਪੱਗ ਪੈਰਾਂ 'ਚ ਰੱਖਣ ਦੀ ਕੋਸ਼ਿਸ਼ ਕੀਤੀ ਕਿ ਕਹਿੰਦੇ ਕਿ ਗੱਲ ਖਤਮ ਕਰ ਦੇ ਇੱਥੇ। ਉਸ ਤੋਂ ਬਾਅਦ ਮੈਂ ਪੈਨਿਕ ਹੋਣ ਲੱਗ ਪਈ ਸੀ, ਮੇਰੇ ਪਾਪਾ ਨੂੰ ਫੋਨ ਕਰਕੇ ਬੁਲਾ ਦਿੱਤਾ ਸੀ ਮੇਰੇ ਬ੍ਰਦਰ ਨੇ ਕਿ ਆ ਜਾਓ, ਕਿ ਬਿਮਾਰ ਹੋਣ ਲੱਗ ਪਈ। ਉੱਧਰੋਂ ਮੇਰੀ ਸਿਸਟਰ ਨੂੰ ਵੀ ਫੋਨ ਕਰ ਦਿੱਤਾ ਸੀ, ਕਿ ਉਸ ਤੋਂ ਬਾਅਦ ਮੈਂ ਪਾਪਾ ਆਏ ਸੀ, ਫਿਰ ਮੈਂ ਬਿਮਾਰ ਹੋ ਗਈ ਸੀ, ਮੈਂ ਬੇਹੋਸ਼ ਹੋ ਗਈ ਸੀਗੀ। ਉਸ ਤੋਂ ਬਾਅਦ ਮੇਰੇ ਪਾਪਾ ਨੇ ਮੈਨੂੰ ਡਾਕਟਰ ਕੋਲ ਲੈ ਗਏ ਸੀ, ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਕੁਛ। ਮੈਂ ਚਾਹੁੰਦੀ ਉਹਨੂੰ ਸਜ਼ਾ ਮਿਲੇ। ਹਾਂਜੀ, ਕੰਪਲੇਂਟ ਵੀ ਲਿਖਾਈ ਹੋਈ ਆ। ਜਿਸ ਦਿਨ 4 ਤਰੀਕ ਨੂੰ ਮੈਨੂੰ ਹਸਪਤਾਲ ਲੈ ਗਏ ਸੀ, 112 ਨੰਬਰ 'ਤੇ ਕੋਲ ਵੀ ਕੀਤੀ ਸੀਗੀ। ਦੋ ਆਏ ਸੀਗੇ ਪੁਲਿਸ ਔਫਿਸਰ, ਇੱਕ ਲੇਡੀ ਸੀ, ਇੱਕ ਜੈਂਟਸ ਸੀਗੇ। ਉਹਨਾਂ ਨੇ ਮੇਰੇ ਤੋਂ ਕੋਈ ਪੁੱਛਣਿਆ ਸੀ, ਕਿਉਂਕਿ ਮੈਨੂੰ ਹੋਸ਼ ਨਹੀਂ ਸੀਗਾ ਅਤੇ ਮੇਰੇ ਤੋਂ ਕੁਛ ਨਹੀਂ ਪੁੱਛਿਆ ਸੀ। ਮੇਰੇ ਮੰਮਾ ਪਾਪਾ ਨੂੰ ਪੁੱਛਿਆ ਸੀਗਾ ਅਤੇ ਸਾਰਾ ਦੱਸਿਆ ਸੀ ਉਹਨਾਂ ਨੂੰ, ਬਟ ਉਹਨਾਂ ਨੇ ਉਸ ਟਾਈਮ ਨਾ ਮੇਰਾ ਮੈਡੀਕਲ ਕਰਵਾਇਆ ਆ ਅਤੇ ਨਾ ਮੇਰੀ ਕੋਈ ਹੋਰ ਕੁਛ ਕਰਵਾਇਆ ਸੀਗਾ, ਜਦਕਿ ਉਹਨਾਂ ਨੂੰ ਕਰਵਾਉਣਾ ਚਾਹੀਦਾ ਸੀ। ਉਹਨਾਂ ਨੇ ਮੇਰਾ ਉਹ ਵੀ ਨਹੀਂ ਕਰਵਾਇਆ, ਮੇਰੇ ਘਰ ਇੰਨੀ ਨੌਲੇਜ ਨਹੀਂ ਸੀ ਅਤੇ ਉਹਨਾਂ ਨੇ ਕਰਵਾਉਣਾ ਸੀ, ਉਹਨਾਂ ਨੇ ਡਾਕਟਰ ਤੋਂ ਕੁਛ ਵੀ ਨਹੀਂ ਕਰਵਾਇਆ। ਫਿਰ ਬਾਅਦ ਵਿੱਚ ਉਹਨਾਂ ਨੇ ਕੋਈ ਕਾਰਵਾਈ ਵੀ ਨਹੀਂ ਕੀਤੀ। ਬਾਅਦ ਵਿੱਚ ਅਸੀਂ ਖੁਦ ਮੈਡੀਕਲ ਕਰਵਾਇਆ, ਆਪਣਾ ਮੈਡੀਕਲ ਕਰਵਾ ਕੇ ਜਦ ਅਸੀਂ ਪੁਲਿਸ ਨੂੰ ਦਿੱਤਾ, ਉੱਥੇ ਰਿਪੋਰਟ ਲਿਖਵਾਈ, ਉਹਨਾਂ ਨੂੰ ਵੀ ਕਿੰਨੇ ਦਿਨ ਹੋ ਗਏ ਆ, ਹਜੇ ਤੱਕ ਕੋਈ ਕਾਰਵਾਈ ਨਹੀਂ ਕਰਨ ਡੇ ਹੈਗੀ। DSP ਕੋਲ ਵੀ ਕੇਸ ਗਿਆ ਹੋਇਆ ਆ, 2 ਦਿਨ ਹੋ ਗਏ ਆ, ਸਾਡੇ ਕੋਲ ਸੁਣਵਾਈ ਕਰਵਾ ਲਈ ਆ, ਬਟ ਹਜੇ ਤੱਕ ਕੋਈ ਕੁਛ ਨਹੀਂ ਹੋਇਆ ਹੈਗਾ ਆ। ਮੈਡੀਕਲ ਰਿਪੋਰਟ ਵਿੱਚ ਸਾਫ਼ ਪਤਾ ਲੱਗਣ ਡਿਆ ਕਿ ਇਹਨਾਂ ਨੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਆ, ਮੇਰੇ ਸੱਟਾਂ ਦੇ ਨਿਸ਼ਾਨ ਵੀ ਸਾਫ਼ ਆਏ ਆ, ਮੈਂ ਜਿਹੜਾ ਸੂਟ ਵੀ ਪਾਇਆ ਸੀ ਮੇਰਾ ਆਲਰੇਡੀ ਉਹ ਵੀ ਫਟਿਆ ਹੋਇਆ ਆ, ਮੇਰੇ ਚੁੰਨੀ ਵੀ ਫਟੀ ਹੋਈ ਆ, ਜਿਹੜਾ ਇਹਨਾਂ ਨੇ ਮੇਰੇ ਨਾਲ ਖਿੱਚ ਤੋਂ ਕੀਤੀ ਸੀ ਉਹਦੇ ਵਿੱਚ ਉਹ ਵੀ ਫਟੇ ਹੋਏ ਆ, ਉਹ ਵੀ ਇੱਦੀ ਪਏ ਹੋਏ, ਫਿੰਗਰ ਪ੍ਰਿੰਟ ਵੀ ਉੱਥੇ ਹੋਣੇ ਆ, ਅਸੀਂ ਧੋਤਾ ਨਹੀਂ ਹੈਗਾ, ਇੱਦੀ ਫਿੰਗਰ ਪ੍ਰਿੰਟ ਵੀ ਉੱਥੇ ਹੈਗੇ ਆ, DNA ਕਰਾ ਸਕਦੇ ਆ। ਇਹਨੂੰ ਫਾਂਸੀ ਹੋਵੇ, ਸਜ਼ਾ ਮਿਲੇ ਇਹਨੂੰ, ਇਸ ਤੋਂ ਉੱਪਰ ਹੋਰ ਕੁਛ ਨਹੀਂ। ਕਿਉਂਕਿ ਇੱਥੇ ਜੇ ਹੁਣ ਕੁੜੀਆਂ ਹੀ ਨਹੀਂ ਸੇਫ ਹੈਗੀ, ਸਿੱਖਾਂ ਦੇ ਮੋਹਰੇ ਕੁੜੀਆਂ ਨਹੀਂ ਸੇਫ ਹੈਗੀਆਂ, ਫਿਰ ਕਿਸੇ ਪਾਸੇ ਵੀ ਨਹੀਂ ਸੇਫ ਸੀ। ਸਿੱਖ ਹੀ ਇਹ ਸਾਰਾ ਕੁਛ ਕਰਨ ਡੇ ਆ, ਤਾਂ ਅੰਮ੍ਰਿਤ ਛਕਿਆ ਆ ਉਹਨਾਂ ਨੇ, ਅੰਮ੍ਰਿਤ ਛਕਣ ਹੋਣ ਦੇ ਬਾਵਜੂਦ ਵੀ ਇਹ ਕੁਛ ਕਰਨ ਡੇ ਆ। ਇੱਕ ਉਹਨਾਂ ਦੀ ਉਮਰ ਵੀ ਬਹੁਤ ਜ਼ਿਆਦਾ ਆ, ਜਥੇਬੰਦੀਆਂ ਦਾ ਵੀ ਸਾਨੂੰ ਪ੍ਰਭਾਵ ਪਾ ਰਿਹਾ। ਮੇਰੇ ਪਾਪਾ ਨੂੰ ਉੱਥੇ ਖੜ੍ਹੇ ਹੁਣ ਧਮਕਾਉਣ ਡੇ ਸੀ ਕਿ ਸਾਡੇ ਕੋਲ 12 ਜਥੇਬੰਦੀਆਂ ਆ, ਤੁਹਾਡੇ ਕੋਲ ਇੱਕ ਜਥੇਬੰਦੀ ਦਾ ਇੱਕ ਬੰਦਾ ਆ, ਕਿ ਤੁਸੀਂ ਕੀ ਕਰ ਲੂੰਗੇ। ਉੱਤੇ ਸਾਡੇ ਪਿੰਡ ਆ ਕੇ ਵੀ ਸਾਨੂੰ ਧਮਕਾਉਣ ਦੀ ਕੋਸ਼ਿਸ਼ ਕਰਨ ਡੇ ਆ, ਸਾਡੇ ਪਿੰਡ ਆ ਕੇ ਸਾਡੇ ਗਲੀਆਂ ਦੇ ਵਿੱਚ ਸਰਪੰਚ ਸਾਹਿਬ ਦੇ ਕੋਲ ਆ ਕੇ ਇਹਨਾਂ ਨੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਸੁੱਖਾ ਸਰਪੰਚ ਸੁਖਦੇਵ ਸਿੰਘ, ਹਾਂਜੀ, ਉਹਨਾਂ ਨੂੰ ਆ ਕੇ ਇਹਨਾਂ ਨੇ ਇਹ ਗੱਲ ਕਹੀ ਕਿ ਕੁੜੀ ਦਾ ਕਰੈਕਟਰ ਗਲਤ ਆ, ਕਿ ਅਸੀਂ ਤੁਹਾਨੂੰ 6 ਦਿਨਾਂ ਦੇ ਵਿੱਚ ਦੱਸ ਦਾਂ ਕੁੜੀ ਦਾ ਕਰੈਕਟਰ ਕੀ ਆ, ਅਤੇ ਤੁਸੀਂ ਕੁੜੀ ਦੇ ਪਿੱਛੇ ਨਾ ਹੀ ਜਾਇਓ। ਅਤੇ ਉਹਨਾਂ ਨੂੰ ਵੀ ਪੈਸਿਆਂ ਦਾ ਵੀ ਧੌਂਸ ਜਮਾਇਆ ਆ, ਉੱਪਰ ਜਿਹੜੇ ਪੁਲਿਸ ਸਟਾਫ ਹੈਗੇ ਆ ਇੱਥੇ ਸਿਟੀ ਥਾਣੇ ਦੇ, ਉਹਨਾਂ ਨੂੰ ਵੀ ਪੈਸੇ ਚੜ੍ਹੇ ਹੋਏ ਅਤੇ ਉਹ ਵੀ ਕੋਈ ਕਾਰਵਾਈ ਨਹੀਂ ਕਰਨ ਡੇ, ਉਹ ਵੀ ਮੈਨੂੰ ਹੀ ਬਲੇਮ ਕਰਦੇ, ਕਹਿੰਦੇ ਤੂੰ ਝੂਠ ਬੋਲਦੀ ਪਈ ਆ। ਫਸਟ ਡੇ ਵੀ ਜਿੱਦਣ ਅਸੀਂ ਕੰਪਲੇਂਟ ਲੈ ਗਏ ਸੀਗੇ, 10 ਤਰੀਕ ਨੂੰ ਸਾਨੂੰ ਸਿਟੀ ਥਾਣੇ ਬੁਲਾਇਆ ਸੀ, ਉੱਥੇ ਵੀ ਪੁਲਿਸ ਔਫਿਸਰ ਸੀ, ਉਹਨਾਂ ਨੇ ਮੈਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਅਤੇ ਮੈਨੂੰ ਅੱਖਾਂ ਕੱਢਣ ਦੀ ਕੋਸ਼ਿਸ਼ ਕੀਤੀ, ਕਹਿੰਦੇ ਕਿ ਤੂੰ ਗਲਤ ਬੋਲ ਰਹੀ ਹੈ ਸਾਰਾ ਕੁਛ। ਸਿਟੀ ਥਾਣੇ ਦੇ ਵਿੱਚ ਵੀ ਕੈਮਰੇ ਲੱਗਣ ਦੇ ਬਾਵਜੂਦ ਵੀ ਉਹਨਾਂ ਨੇ ਮੈਨੂੰ ਓਨਰ ਨੇ ਅੱਖਾਂ ਕੱਢੇ, ਜਸਪਾਲ ਸਿੰਘ ਨੇ, ਅਤੇ ਮੈਨੂੰ ਉਹਨਾਂ ਨੇ ਗਲਤ ਇਸ਼ਾਰਾ ਕੀਤਾ ਕਿ ਤੂੰ ਬੈਕ ਪਿੱਛੇ ਹੋ ਜਾ, ਤੂੰ ਅੱਗੇ ਕੇਸ ਨਾ ਵਧਾ, ਨਹੀਂ ਤਾਂ ਤੇਰੀ ਜਾਨ ਨੂੰ ਖਤਰਾ ਹੋਊਗਾ, ਤੇਰੇ ਮੰਮੀ ਪਾਪਾ ਦੀ ਜਾਨ ਨੂੰ ਖਤਰਾ ਹੋਊਗਾ। ਸਰ, ਕੀ ਕਹਿਣਾ ਚਾਹੋਗੇ, ਤੁਹਾਡੀ ਜਿਹੜੀ ਧੀ ਆ ਉਹਦੇ ਨਾਲ ਇੰਨਾ ਜਿਹੜਾ ਵੱਡਾ ਹਾਦਸਾ ਵਾਪਰਿਆ, ਅਤੇ ਸਰ ਕੀ ਤੁਸੀਂ ਚਾਹੁੰਦੇ ਹੋ? ਸਰ ਦੇਖੋ, ਮੈਂ ਤਾਂ ਇਹ ਚਾਹੁੰਦਾ ਵੀ ਅਸੀਂ ਹਰ ਇੱਕ ਨੂੰ ਇਹੀ ਕਹੀਦਾ ਕਿ ਸਿੱਖ ਬੰਦੇ ਕੋਲ ਜਾ ਕੇ ਆਪਣੀ ਹਿਫਾਜ਼ਤ ਲਈ ਖੜ ਸਕਦੇ ਅਸੀਂ। ਮੈਂ ਬੇਟੀਆਂ ਨੂੰ ਅੱਜ ਤੱਕ ਇਹੀ ਸਮਝਾਉਂਦਾ ਆ ਰਿਹਾ, ਪਰ ਲੇਕਿਨ ਮੈਨੂੰ ਨਹੀਂ ਪਤਾ ਸਰਦਾਰ ਬੰਦਾ ਹੀ ਸਾਡੇ 'ਤੇ ਆਹ ਕੁਛ ਕਰੂਗਾ, ਪਰ ਲੇਕਿਨ ਮੈਂ ਹੁਣ ਇਹੀ ਚਾਹੁੰਦਾ ਵੀ ਜਾਣੀ ਹੁਣ ਸਖ਼ਤ ਤੋਂ ਸਖ਼ਤ ਉਹ 'ਤੇ ਕਾਰਵਾਈ ਕੀਤੀ ਜਾਵੇ ਅਤੇ ਔਰ ਉਹਨੂੰ ਸਜ਼ਾ ਦਿੱਤੀ ਜਾਵੇ ਸਖ਼ਤ ਤੋਂ ਸਖ਼ਤ, ਕਿਉਂਕਿ ਜੋ ਉਹਨੇ ਅੱਜ ਕਦਮ ਕੀਤਾ ਕਿਸੇ ਹੋਰ ਦੀ ਬੇਟੀ ਨਾਲ ਕਦਮ ਨਾ ਕਰੇ ਇਹ, ਇਸੇ ਕਰਕੇ ਮੈਂ ਕਦਮ ਜ਼ਿਆਦਾ ਚੱਕਿਆ ਵੀ ਮੇਰੀ ਧੀ ਜੋ ਹੋ ਗਿਆ ਇਹਨਾਂ ਤਾਂ ਹੋਇਆ ਹੋਇਆ ਆ, ਤੁਹਾਨੂੰ ਕਿਸੇ ਹੋਰ ਦੀ ਬੇਟੀ ਨਾਲ ਇਹ ਕੰਮ ਕੁਛ ਹੋਵੇ ਅਤੇ ਇਸ ਕਰਕੇ ਉਹਨੂੰ ਸਜ਼ਾ ਦਿੱਤੀ ਜਾਵੇ ਜੋ ਵੀ ਆ, ਪਰ ਲੇਕਿਨ ਸਾਡੀ ਕੋਈ ਸੁਣਵਾਈ ਹੀ ਨਹੀਂ ਕਰ ਰਹੀ ਕਿਉਂਕਿ ਅਸੀਂ ਗਰੀਬ ਹਾਂ, ਇਸ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ।
ਅਤੇ ਜਿਹੜੇ ਤਗੜੇ ਬੰਦੇ ਨਾਲ ਸੁਣਵਾਈ ਹੋ ਰਹੀ ਆ, ਕਿਉਂਕਿ ਉਹ ਪੈਸੇ ਵਾਲੇ ਉਹਨਾਂ ਦੀ ਸਾਰੇ ਸੁਣਦੇ ਪਏ, ਸਾਰੇ ਪੁਲਿਸ ਵਾਲੇ ਸਾਰੇ ਸੁਣਦੇ ਪਏ, ਸਾਡੀ ਕੋਈ ਨਹੀਂ ਸੁਣਦੇ ਪਿਆ। ਅਸੀਂ ਤਾਂ ਸਿਰਫ ਮਤਲਬ ਮਿਹਨਤਾਂ ਕਰ ਰਹੇ ਹਾਂ ਯਾਨੀ ਕਿਸਮ ਦੀਆਂ, ਅਤੇ ਸਾਡੇ ਨਾਲ ਜਿਹੜੇ ਜਿਹੜੇ ਭਾਈ ਸਾਹਿਬ ਹੁਣ ਖੜ੍ਹੇ ਵੀ ਹੈਗੇ ਆ, ਅਤੇ ਉਹਨਾਂ ਨੂੰ ਵੀ ਉਲਟ ਧਮਕੀਆਂ ਦੇ ਰਹੇ ਆ ਵੀ ਕੋਈ ਨਹੀਂ ਦੇਖ ਲਵਾਂਗੇ ਤੁਹਾਨੂੰ। ਭਾਅ ਜੀ ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਆ, ਕਿਉਂਕਿ ਇਹਨਾਂ ਦਾ ਕੋਈ ਸਾਥ ਹੀ ਨਾ ਦਿਉ। ਉਹ ਸਾਡੇ ਪਿੰਡ ਜਾ ਕੇ ਵੀ ਸਾਨੂੰ ਸਾਡੇ ਕਿਹਾ ਜਾਂਦਾ ਆ ਵੀ ਇਹਨਾਂ ਕੋਈ ਸਭ ਮਤਲਬ ਹੁਣ ਝੂਠੀ ਅਫਵਾਹ ਵਾਲਾ ਬੁਲਾਈ ਜਾ ਰਹੀ ਹੈ ਵੀ ਮੇਰੀ ਬੇਟੀ ਨੂੰ ਬਦਨਾਮ ਕਰਦੇ, ਇਹਦਾ ਕਰੈਕਟਰ ਇੱਦਾਂ ਦਾ ਆ। ਅਤੇ ਅਗਰ ਮੈਂ ਜੇ ਹੁਣ ਇਹ ਪੁਲਿਸ ਵਾਲਿਆਂ ਨੂੰ ਪੁੱਛਾਂ, ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਮੇਰੇ ਜੇ ਬੇਟੇ ਦਾ ਕਰੈਕਟਰ ਤਾਂ ਸਾਬਤ ਕਰੋ ਨਾ, ਕਿਉਂ ਇਹ ਗੱਲਾਂ ਕਰਦੇ ਪਏ? ਜਾਂ ਤਾਂ ਸਾਬਤ ਕਰ ਦਿਓ ਜਾਂ ਫਿਰ ਮੇਰੀ ਬੇਟੀ ਦੀ ਗੋਲੀ ਮਾਰ ਦਿਓ ਝੂਠੀ ਹੈ, ਤਾਂ ਨਹੀਂ ਤਾਂ ਉਸ ਬੰਦੇ ਦੀ ਗੋਲੀ ਮਾਰ ਦਿੱਤੀ ਜਾਵੇ ਉਸ ਵੇਲੇ ਵੀ ਜਿਹੜਾ ਗਲਤ ਵਾ, ਦੋਨਾਂ ਜਿਹੜਾ ਗਲਤ ਉਹਦੀ ਗੋਲੀ ਮਾਰ ਦਿੱਤੀ ਜਾਵੇ। ਮੈਂ ਤਾਂ ਇਹ ਇਨਸਾਫ ਮੰਗਦਾ, ਮੈਨੂੰ ਹੋਰ ਕੁਛ ਇਨਸਾਫ ਚਾਹੀਦਾ, ਮੈਨੂੰ ਇਹ ਚਾਹੀਦਾ ਮੇਰੀ ਬੇਟੀ ਨਾਲ ਜੋ ਹੋਇਆ ਉਹ ਹੋਰ ਕਿਸੇ ਦੀ ਬੇਟੀ ਨਾਲ ਹੋਵੇ, ਅਤੇ ਅਗਾਂਹ ਵਾਸਤੇ ਸਿੱਖਾਂ 'ਤੇ ਭਰੋਸਾ ਨਹੀਂ ਰਿਹਾ। ਮੈਨੂੰ 4 ਤਰੀਕ ਨੂੰ ਪਤਾ ਲੱਗਾ ਉਹ ਵੀ, ਕਿਉਂਕਿ ਇਹਨੇ ਡਰਦੀ ਨੇ ਘਰ ਦੱਸਿਆ ਹੀ ਨਹੀਂ ਸੀ, ਉਹ ਵੀ ਇਹਦੀ ਮੈਂ ਜਿੱਦਾਂ ਇਹ ਘਰ ਚੁੱਪ ਚੁੱਪ ਰਹਿਣ ਲੱਗ ਪਈ ਸੀਗੀ, ਥੋੜ੍ਹੀ ਜਿਹਾ ਟੈਨਸ਼ਨ 'ਚ ਹੋ ਗਈ ਸੀਗੀ, ਅਤੇ ਮੈਂ ਫਿਰ ਬੜੀ ਕੁੜੀ ਨੂੰ ਕਿਹਾ ਮੈਨੂੰ ਪੁੱਛਤਾ ਸਹੀ ਗੱਲ ਕੀ ਹੋਈ ਹੋਗਾ, ਉਹਨੂੰ ਫਿਰ ਸ਼ੱਕ ਜਿਹੀ ਪਈ ਜਿੱਦਾਂ ਉਹਨੇ ਮੇਰੇ ਨਾਲ ਗੱਲ ਕੀਤੀ, ਕਹਿੰਦੀ ਪਾਪਾ ਚੁੱਪ ਚੁੱਪ ਰਹਿਣ ਲੱਗ ਪਏ 3-4 ਦਿਨ, ਗੱਲ ਕੀ ਇਹਨੂੰ? ਤਾਂ ਤੁਸੀਂ ਪੁੱਛੋ ਕੀ ਗੱਲ ਆ ਨਾ ਪੁੱਤ, ਵੀ ਮੈਂ ਤਾਂ ਹੁਣ ਸਵੇਰ ਨੂੰ ਕੰਮ 'ਤੇ ਚੱਲ ਜਾਣਾ ਆ, ਮੈਂ ਸ਼ਾਮ ਨੂੰ ਘਰ ਵੜਨਾ ਆ, ਤਾਂ ਤੁਸੀਂ ਪੁੱਛੋ ਮਾੜਿਆਂ ਨੂੰ। ਜਿਵੇਂ ਉਹਨਾਂ ਨੇ ਪੁੱਛਿਆ, ਮੈਂ ਕਿਹਾ ਸ਼ਾਇਦ ਕੰਮ ਕਰਕੇ ਟੈਨਸ਼ਨ ਹੋਊਗੀ ਹੋਈ ਇਹਨੂੰ, ਵੀ ਕੰਮ ਨਹੀਂ ਮਿਲਿਆ ਅੱਜ ਕਰਕੇ, ਤਾਂ ਮੈਂ ਕਿਹਾ ਤੂੰ ਪੁੱਛ। ਜਿਵੇਂ ਉਹਨੇ ਪੁੱਛਿਆ ਤਾਂ ਉਹਦੇ ਪੁੱਛਣ ਦੇ ਬਾਵਜੂਦ, ਜ਼ੋਰ ਪਾਉਣ ਦੇ ਬਾਵਜੂਦ ਫਿਰ ਦੱਸਿਆ ਨੇ ਵੀ ਆਹ ਗੱਲਬਾਤ ਹੋਈ ਆ, ਅਤੇ ਉਹ ਵੀ ਮੈਨੂੰ ਬੜੀ ਕੁੜੀ ਨੇ ਵੀ ਦੱਸਿਆ ਨਹੀਂ, ਕਿਉਂਕਿ ਪਾਪਾ ਨੇ ਫਿਰ ਮੈਨੂੰ ਉਹ ਸ਼ਹਿਰ ਕੰਮ ਕਰਦੀ ਟੈਲੀ ਦਾ ਪੜ੍ਹਦੀ ਆਪਣਾ, ਉਹਨੂੰ ਇਹ ਸੀ ਖਰੇ ਸਾਨੂੰ ਮੁੜ ਕੇ ਪੜ੍ਹ ਨਹੀਂ ਦੇਣਾ ਜਾਂ ਕਿੱਦਾਂ ਵੀ ਆ, ਬੱਚੇ ਕਈ ਕੁਛ ਸੋਚ ਲੈਂਦੇ ਆ, ਅਤੇ ਉਹਨਾਂ ਨੇ ਸੋਚਿਆ ਚੱਲ ਬ੍ਰਦਰ ਹੈਗੇ ਆ ਕੁਛ ਕਲਾਸਮੇਟ ਮੁੰਡੇ ਦੇ ਹੈਗੇ, ਵਧੀਆ ਇਹਨਾਂ ਦੇ ਸਕੂਲ ਰਿਲੇਸ਼ਨ ਹੈ ਸਾਰੇ ਬੱਚਿਆਂ ਨਾਲ, ਉਹ ਟੀਚਰਾਂ ਨਾਲ ਵੀ ਵਧੀਆ ਰਿਲੇਸ਼ਨ ਹੈਗੇ ਆ, ਜਿਹਦਾ ਮਤਲਬ ਸਮਝਾਇਆ ਬੱਚਿਆਂ ਨੂੰ, ਅਤੇ ਇਹ ਉਹਨਾਂ ਨੂੰ ਫਿਰ ਮਤਲਬ ਨਾਲ ਲੈ ਕੇ ਮੁੰਡੇ ਆਏ ਆ 2-3 ਜਣੇ, ਅਤੇ ਆਣ ਕੇ ਜਿਹੜੇ ਪੁੱਛ ਪੜਤਾਲ ਕੀਤੀ ਉਹਨਾਂ ਨੂੰ, ਅਤੇ ਉਹ ਉਲਟ ਇਹਨੂੰ ਪਹਿਲਾਂ ਮੰਨਦਾ ਹੀ ਨਹੀਂ ਸੀਗਾ, ਅਤੇ ਰੋਂਦੀ ਰੋਂਦੀ ਮੈਨੂੰ ਫੋਨ ਕਰਦੀ ਸੀ, ਮੈਂ ਪਿੰਡੋਂ ਆਪਣੇ ਆਉਂਦੇ ਆਉਂਦੇ ਅਤੇ ਹੁਸ਼ਿਆਰਪੁਰ ਤੱਕ ਮੈਨੂੰ ਘੱਟੋ ਘੱਟ 10-12 ਵਾਰੀ ਫੋਨ ਕੁੜੀ ਦਾ ਆਇਆ ਅਤੇ ਪਾਪਾ ਤੁਸੀਂ ਛੇਤੀ ਆ ਜਾਓ, ਅਤੇ ਜਿਵੇਂ ਮੈਂ ਇੱਥੇ ਆਣ ਕੇ ਮਾਨਾ ਹਜੇ ਗੱਲਬਾਤ ਹੀ ਕਰਦਾ ਪਿਆ ਸੀ, ਬਹਿਸ ਬਸਾਈ ਕਰਦਾ ਪਿਆ ਸੀ, ਜਦ ਤੱਕ ਕੁੜੀ ਮੇਰੀ ਬੇਹੋਸ਼ ਹੋ ਗਈ, ਅਤੇ ਮੈਂ ਇਹਨੂੰ ਪਹਿਲਾਂ ਚੱਕ ਮੂਹਰੇ ਆਪਣਾ ਮੈਡੀਕਲ ਸਟੋਰ ਹੈਗਾ ਉੱਥੇ ਲੈ ਕੇ ਗਿਆ, ਉਹਨਾਂ ਨੇ ਜਵਾਬ ਦਿੱਤਾ, ਫਿਰ ਮੁੜ ਕੇ ਮੈਂ ਮਹਿਤਾ ਕਲੀਨਿਕ ਹੈਗਾ ਉੱਥੇ ਲੈ ਕੇ ਗਿਆ, ਉਹਨਾਂ ਨੇ ਫਿਰ ਕਹਿੰਦੇ ਕਹਿੰਦੇ ਤੁਸੀਂ ਸਰ ਵੀ ਕੁੜੀ ਹੱਥ ਨਾਜੁਕਾ ਜ਼ਿਆਦਾ ਵੀ ਤੁਸੀਂ ਸਿਵਲ 'ਚ ਲੈ ਜਾਓ, ਅਤੇ ਮੈਂ ਉੱਥੋਂ ਫਿਰ ਜਾ ਕੇ ਸਿਵਲ 'ਚ ਲੈ ਗਿਆ, ਉਹਨਾਂ ਨੇ ਵੀ ਟ੍ਰੀਟਮੈਂਟ ਕੀਤਾ, ਉਹਨਾਂ ਟੀਕੇ ਟੂਕੇ ਲੱਗਣ ਤੋਂ ਬਾਅਦ 7-7-8 ਵਜੇ ਜਾ ਕੇ ਇਹਨੂੰ ਥੋੜ੍ਹੀ ਸੁਰਤ ਆਈ, ਅਤੇ ਮੈਂ ਡਾਕਟਰ ਨੂੰ ਪੁੱਛਿਆ ਮੈਂ ਕਿ ਕੀ ਚੱਕਰ ਹੈ, ਕਹਿੰਦੇ ਕੁਛ ਨਹੀਂ ਹੈਗਾ, ਇਹਨੂੰ ਸਿਰਫ ਘਬਰਾਹਟ ਹੋਈ ਹੋਰ ਕੁਛ ਨਹੀਂ ਹੈਗਾ, ਵੀ ਟੈਨਸ਼ਨ ਜਾਂ ਡਰ ਗਈ ਹੋ ਬਹੁਤ ਜ਼ਿਆਦਾ, ਵੀ ਤੁਸੀਂ ਦੇਖ ਲਓ ਜੀ ਆਪਣੇ ਲਿਆਉਣਾ ਚਾਹੁੰਦੇ ਲੈ ਜਾਓ। ਅਤੇ ਸਾਨੂੰ ਪੁਲਿਸ ਵਾਲੇ ਵੀ ਉੱਥੇ ਆਏ ਸੀ, ਉਹਨਾਂ ਨੇ ਹੱਥੋਂ ਬਿਆਨ ਲਏ, ਮਤਲਬ ਆਪਣੀ 112 ਨੰਬਰ 'ਤੇ ਕੋਲ ਕੀਤੀ ਸੀ, ਉਹ ਆਏ ਆ ਆਣ ਕੇ ਸਿਰਫ ਲਿਖ ਕੇ ਲੈ ਗਏ ਆ, ਕਹਿੰਦੇ ਗੁੜੀ ਵਾਲੀ ਹੋਸ਼ ਹੋਣ ਤੋਂ ਬਾਅਦ ਪੁੱਛਾਂਗੇ। ਸਾਨੂੰ ਉਹਨਾਂ 3-4 ਦਿਨ ਕੁਛ ਨਹੀਂ ਪੁੱਛਿਆ, ਨਾ ਉਹਨੇ ਸਾਨੂੰ ਮੈਡੀਕਲ ਕਰਾਉਣ ਕਿਹਾ, ਕੁਛ ਨਹੀਂ ਸਾਨੂੰ ਕਿਹਾ ਉਹਨਾਂ ਨੇ, ਬਾਕੀ ਮੈਡਮ ਸੀ ਨਰਸ, ਸਾਨੂੰ ਤਾਂ ਉੱਦਾਂ ਹੀ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ ਵੀ ਇਹ ਵੀ ਕੁਛ ਹੁੰਦਾ ਆ, MRI ਕਰਾਉਣੀ ਪੈਂਦੀ ਹਰ ਕੁਛ, ਸਾਨੂੰ ਨਹੀਂ ਪਤਾ। ਸਾਨੂੰ ਤਾਂ ਫਿਰ ਆਪਣੇ ਕਿਸੇ ਮਤਲਬ ਰਿਸ਼ਤੇਦਾਰ ਨੇ ਦੱਸਿਆ ਵੀ ਤੁਸੀਂ MRI ਕਰਾਈ ਆ, ਅਸੀਂ ਕਹਿੰਦੇ ਨਹੀਂ, ਕਹਿੰਦੇ ਉਹ ਕਰਾਓ ਪਹਿਲਾਂ ਹੁਣ। ਅਤੇ ਅਸੀਂ 2 ਦਿਨ ਹੋਸਪਿਟਲ 'ਚ ਘੁੰਮਦੇ ਰਹੇ ਮੇਰੇ ਵਾਈਫ ਅਤੇ ਮੇਰੀ ਬੇਟੀ, ਅਤੇ 2 ਦਿਨ ਵੀ ਉਹਨਾਂ ਨੇ ਮਤਲਬ ਕੁਛ ਨਹੀਂ ਸੁਣਿਆ, 3 ਦਿਨ ਜਾ ਕੇ ਫਿਰ ਉਹਨਾਂ ਨੇ ਫਿਰ ਉਹਨਾਂ ਦੀ MRI ਕੱਟੀ, ਫਿਰ ਉਹਨਾਂ ਨੇ ਮਤਲਬ ਗਾਹਾਂ ਦੀ ਕਾਰਵਾਈ ਪੜ੍ਹਨ ਕਿਹਾ, ਫਿਰ ਥਾਣੇ ਉੱਥੇ ਉਹਨੂੰ ਸੱਦਿਆ ਬਿਆਨ ਲੈਣ ਨੂੰ, ਅਤੇ ਉਹ ਬਿਆਨ ਲੈਣ ਬਜਾਏ ਇਹਨਾਂ ਨੂੰ ਉਲਟ ਗੱਡੀ ਬਿਠਾਲ ਕੇ ਉੱਥੇ ਲੈ ਗਏ ਥਾਣੇ। ਉੱਥੇ ਫਿਰ ਥਾਣੇ ਲਿਜਾ ਕੇ ਤਾਂ ਉੱਥੇ ਦੁਕਾਨ ਪੁੱਛੀ, ਦੁਕਾਨ ਕਿਹੜੀ ਆ, ਦੁਕਾਨ ਦਿਖਾਲ ਕੇ ਅਤੇ ਉਹਨੂੰ ਕਿਹਾ ਵੀ ਚੱਲ ਚੱਲੀ, ਉਹ ਕਹਿੰਦਾ ਮੈਂ ਨਹੀਂ ਮੈਂ ਸਕੂਟਰੀ 'ਤੇ ਆਉਣਾ, ਉਹ ਨਾਲ ਹੀ ਬੈਠ ਗਿਆ ਸਕੂਟਰੀ 'ਤੇ ਬੈਠ ਗਿਆ, ਉਹ ਤੋਂ ਉੱਥੇ ਜਾ ਕੇ ਥਾਣੇ ਵਿੱਚ ਵੀ ਮੇਰੀ ਬੇਟੀ ਨੂੰ ਉਹਨੇ ਅੱਖਾਂ ਕੱਢੀਆਂ, ਜਿਵੇਂ ਉਹਨੇ ਮੈਡਮ ਨੂੰ ਦੱਸਿਆ, ਮੈਡਮ ਜੀ ਅਤੇ ਮੈਨੂੰ ਫਿਰ ਅੱਖਾਂ ਕੱਢਦਾ ਪਿਆ ਹੈ, ਅਤੇ ਮੈਡਮ ਨੂੰ ਜਿਸ ਮੈਡਮ ਨੇ ਕਿਹਾ ਵੀ ਤੂੰ ਹਾਂ ਅੱਖਾਂ ਕੱਢੀਆਂ, ਉਹ ਕਹਿੰਦਾ ਨਹੀਂ ਮੈਂ ਕੱਢੀਆਂ, ਮੈਡਮ ਕਹਿੰਦੀ ਔਨਲਾਈਨ ਕੈਮਰੇ 'ਚ ਬੈਠੇ ਹਾਂ, ਮੈਂ ਹੁਣੇ ਕਢਾ ਲੈਣਾ ਕੈਮਰਾ ਖੋਲ੍ਹਾ ਲੈਣਾ, ਅਤੇ ਫਿਰ ਚੁੱਪ ਕਰਕੇ ਫਿਰ ਸਿਰ ਮਾਰਤਾ, ਕਹਿੰਦਾ ਨਹੀਂ, ਫਿਰ ਸਿਰ ਮਾਰ ਕੇ ਬਹਿ ਗਿਆ, ਅਤੇ ਉਸ ਤੋਂ ਬਾਅਦ ਬੱਚੀ ਤੁਹਾਨੂੰ ਬੇਟੀ ਦੱਸਿਆ ਦਿੱਤਾ। ਅਗਲਾ ਕਦਮ ਇਹੀ ਆ ਵੀ ਜਾਂ ਤਾਂ ਫਿਰ ਉਹ ਹੈ ਨਹੀਂ ਜਾਂ ਫਿਰ ਮੈਂ ਹੈ ਨਹੀਂ, ਕਿਉਂਕਿ ਮੈਂ ਹੁਣ ਬੇਟੀ ਦੇ ਇੱਦਾਂ ਨਹੀਂ ਛੱਡਣ ਲਿਖਾਤਾ ਉਹਨੂੰ, ਮੇਰੀ ਬੇਟੀ ਦੀ ਜਿਹਦੇ ਨਾਲ ਖੇਲਣ ਦੀ ਕੋਸ਼ਿਸ਼ ਕੀਤੀ ਆ, ਅਤੇ ਉਹ ਤਾਂ ਫਿਰ ਹੁਣ ਸਰਕਾਰ ਨੂੰ ਕੁਛ ਨਾ ਕੁਛ ਕਰਨਾ ਪਊਗਾ, ਮੈਂ ਨੇ ਤਾਂ ਫਿਰ ਜਿੱਥੇ ਮੇਰੇ ਤੋਂ ਪਹੁੰਚੋਗਾ ਮੈਂ ਉੱਥੇ ਤੋਂ ਪਹੁੰਚੂਗਾ, ਮੈਂ ਇਨਸਾਫ ਲੈ ਕੇ ਹੀ ਰਹਿਣਾ ਆ। ਹਾਂਜੀ ਸਰ, ਕੀ ਨਾਮ ਹੈ? ਮੇਰਾ ਨਾਮ ਪਰਮਜੀਤ ਸਿੰਘ, ਫੌਜੀ ਬੂਥਗੜ ਜੀ। ਜੀ ਸਰ, ਸਰ ਜਿਹੜਾ ਇੱਕ ਧੀ ਨਾਲ ਜਿਹੜੇ ਮਾਮਲਾ ਹੋਇਆ, ਬੜਾ ਗਲਤ ਜਿਹੜਾ ਕੰਮ ਹੋ ਚੁੱਕਾ ਹੁਸ਼ਿਆਰਪੁਰ ਦੇ ਵਿੱਚ ਹੀ,
ਅਤੇ ਉਹ ਵੀ ਸਿੱਖ ਭਾਈਚਾਰਕ ਵਿਅਕਤੀ ਵੱਲੋਂ ਇਹ ਜਿਹੜਾ ਸ਼ਰਮਨਾਕ ਹਰਕਤ ਨੂੰ ਅੰਜਾਮ ਦਿੱਤਾ ਗਿਆ ਅਤੇ ਕਿਵੇਂ ਸਰ ਦੇਖਦੇ ਹੋ ਤੁਸੀਂ ਸਰ ਤੁਹਾਡੇ ਵੱਲੋਂ ਕੀ ਹੈਲਪ ਕੀਤੀ ਜਾ ਰਹੀ ਹੈ? ਇਹ ਤਾਂ ਬਹੁਤ ਮਾੜਾ ਹੋਇਆ ਜੀ, ਸਾਨੂੰ ਲੇਟ ਪਤਾ ਲੱਗਾ ਕਾਫੀ। ਪਹਿਲਾਂ ਤਾਂ ਇਹ ਬੇਟੀ ਨੇ ਮਤਲਬ ਲੁਕੋਈ ਰੱਖਿਆ, ਜਿੱਦਾਂ ਅਤੇ ਉਹ ਆਪਣਾ ਸੋਚਦੇ ਸੀ ਵੀ ਸ਼ਾਇਦ ਸਾਨੂੰ ਪੜ੍ਹਨ ਨਾ ਦਊਗੇ ਜਾਂ ਕਿੱਦਾਂ ਕਰੂਗੇ, ਜਾਂ ਸ਼ਰਮ ਜ਼ਿਆਦਾ ਸੀਗੀ ਉਹਨਾਂ ਦੇ ਦਿਮਾਗ ਦੇ ਉੱਤੇ, ਕੀ ਬੈਠਾ ਸੀਗਾ। ਹੁਣ ਜਿੱਦਣ ਦਾ ਸਾਨੂੰ ਪਤਾ ਲੱਗਾ ਅਸੀਂ ਉੱਦਣ ਦੇ ਨਾਲ ਇਹਨਾਂ ਦੇ ਹਰੇਕ ਜਗ੍ਹਾ ਦੇ ਉੱਤੇ ਜਾ ਰਹੇ ਹਾਂ, ਪੁਲਿਸ ਕੋਲ ਵੀ ਗਏ ਹਾਂ, ਬਿਆਨ ਵੀ ਦਵਾਤੇ ਆ, ਮੈਡੀਕਲ ਵੀ ਹੋ ਗਿਆ, ਪਰ ਉਹਨਾਂ ਦਾ ਜਿਹੜਾ ਰਵੱਈਆ ਆ ਉਹ ਹੈ ਹੀ ਨਹੀਂ ਹੈ, ਉਹ ਤਾਂ ਉਸ ਵੱਲ ਨੂੰ ਤੁਰਦੇ ਹੀ ਨਹੀਂ। ਪੁਲਿਸ ਵੀ ਕੁਛ ਨਹੀਂ ਕਰਦੀ, ਬਿਆਨ ਲੈ ਕੇ ਵੀ ਪਰਚਾ ਨਹੀਂ ਦੇ ਰਹੀ। ਉਲਟਾ ਜਿਹੜੇ ਸਾਡੇ ਕੁਛ ਸਿੱਖ ਜਥੇਬੰਦੀਆਂ ਦੇ ਲੀਡਰ ਆ ਬੰਦੇ ਜਿਹੜੇ ਆਪਣੇ ਆਪ ਨੂੰ ਨਵੇਂ ਬਣੇ ਆ, ਉਹ ਸਾਨੂੰ ਵੀ ਮਤਲਬ ਇਹ ਪ੍ਰੈਸ਼ਰਾਈਜ਼ ਕਰ ਰਹੇ ਆ ਵੀ ਉਹ ਮੋਹਰੇ ਸਰਦਾਰ ਆ ਜੀ, ਵੀ ਇਸ ਕਰਕੇ ਤੁਸੀਂ ਇਸ ਗੱਲ ਤੋਂ ਪਿੱਛੇ ਹਟ ਜਾਓ। ਅਤੇ ਕੀ ਸੋਚਦੇ ਆ ਕਿ ਜੇ ਸਰਦਾਰ ਹੋਵੇ ਤਾਂ ਗਲਤ ਕੰਮ ਕਰਨ ਦੇ ਉਹਨੂੰ ਕੀ ਲਾਇਸੈਂਸ ਮਿਲਦਾ? ਬਿਲਕੁਲ ਬਿਲਕੁਲ ਜੀ, ਇਹ ਅਸੀਂ ਇਹ ਹੀ ਸੋਚਦੇ ਹਾਂ ਵੀ ਕੀ ਉਹਨੂੰ ਲਾਇਸੈਂਸ ਮਿਲ ਗਿਆ। ਜੇ ਉਹ ਸਰਦਾਰ ਆ ਵੀ ਉਹ ਫਿਰ ਕਿਸੇ ਨਾਲ ਕੁਛ ਵੀ ਕਰੇ, ਪਹਿਲਾਂ ਹੀ ਸਰਦਾਰਾਂ ਦੀ ਛਵੀ ਕਿੱਥੇ ਤੋਂ ਕਿੱਥੇ ਡਿੱਗ ਪਈ ਆ, ਇਹ ਇੱਦਾਂ ਦੇ ਬੰਦੇ ਹੋਰ ਖਰਾਬ ਕਰ ਰਹੇ ਜੇ ਇਹਨਾਂ ਨੂੰ ਨਾ ਰੋਕਿਆ ਗਿਆ ਤਾਂ। ਜਦੋਂ ਦਿੱਲੀ ਇੱਕ ਸੰਘਰਸ਼ ਚੱਲ ਰਿਹਾ ਸੀ ਕਿਸਾਨੀ ਜਥੇਬੰਦੀਆਂ ਦਾ, ਪੂਰੀ ਦਿੱਲੀ ਸਰਦਾਰ ਉੱਥੇ ਬੈਠੇ ਸੀ ਤਾਂ ਉਹਨਾਂ ਕਰਕੇ ਪੂਰੇ ਜਿਹੜੇ ਡਰ ਸੀ ਮਨਾਂ ਦੇ ਵਿੱਚ ਉਹ ਦੂਰ ਖਤਮ ਹੋ ਗਏ ਸੀ। ਲਗਾਤਾਰ ਧਰਨਿਆਂ ਦੇ ਬਾਵਜੂਦ ਜਿਹੜੇ ਦਿੱਲੀ ਦੇ ਕੌਮ ਸੀ, ਦਿੱਲੀ ਦੇ ਜਿਹੜੇ ਰਹਿਣ ਵਾਲੇ ਬਛਿੰਦੇ ਸੀ, ਉਹ ਸਾਰੇ ਧੀਆਂ ਸੀ ਉੱਥੋਂ ਦੀਆਂ, ਉਹ ਸਾਰੀਆਂ ਬੇਖੌਫ ਹੋ ਕੇ ਘੁੰਮਦੀਆਂ ਸੀ ਉੱਥੇ। ਪਰ ਅੱਜ ਹਾਲਾਤ ਇੱਦਾਂ ਦੇ ਹੋ ਗਏ ਕਿ ਹੁਸ਼ਿਆਰਪੁਰ ਦੇ ਸਾਡੇ ਪੰਜਾਬ ਦੇ ਵਿੱਚ ਹੀ ਇਹ ਹਾਲਾਤ ਬਣ ਰਹੇ ਜੀ? ਬਿਲਕੁਲ ਜੀ ਬਿਲਕੁਲ, ਅਸੀਂ ਦਿੱਲੀ ਸੰਘਰਸ਼ ਦੇ ਵਿੱਚ ਸੀਗੇ, ਉੱਥੇ ਜਿੰਨੀਆਂ ਵੀ ਧੀਆਂ ਭੈਣਾਂ ਸੀਗੀਆਂ ਉਹ ਰਾਤ ਤੱਕ ਉੱਥੇ ਪੂਰਾ ਸੇਵਾ ਕਰਦੀਆਂ ਸੀ। ਉਹਨਾਂ ਦੇ ਦਿਲਾਂ ਦੇ ਵਿੱਚੋਂ ਡਰ ਦੂਰ ਹੋ ਗਿਆ ਸੀ ਵੀ ਸਰਦਾਰ ਕਹਿੰਦੇ ਇੱਥੇ ਆ ਗਏ, ਹੁਣ ਸਾਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ। ਸਾਡੇ ਹੁਣ ਸਰਦਾਰਾਂ ਦਾ ਖਤਰਾ ਪੈ ਗਿਆ, ਹੁਣ ਜ਼ਿਆਦਾ ਜੋ ਇਹ ਸਰਦਾਰਾਂ ਦੇ ਹੁਣ ਹੋ ਰਿਹਾ ਆ, ਇੱਕ ਲੁਧਿਆਣੇ ਹੋਇਆ ਪਹਿਲਾਂ ਕਾਂਡ, ਇੱਕ ਹੁਣ ਇੱਥੇ ਹੋ ਗਿਆ, ਇਹ ਤਾਂ ਹੁਣ ਤਾਂ ਜੀ ਇਹ ਸਰਦਾਰ ਜਿਹੜੇ ਆ ਇਹ ਸਰਦਾਰਾਂ ਨੂੰ ਹੀ ਢਾਹ ਲਾ ਰਹੇ, ਇਹ ਤਾਂ ਨਾਂ ਖਰਾਬ ਕਰ ਰਹੇ ਆ। ਇਸ ਕਰਕੇ ਅਸੀਂ ਇਹਨਾਂ ਨੂੰ ਰੋਕਣਾ ਚਾਹੁੰਦੇ ਹਾਂ ਇੱਥੇ ਹੀ, ਵੀ ਜੇ ਇੱਥੇ ਨਾ ਰੁਕੇ ਤਾਂ ਇਹ ਸਾਡੇ ਆ ਜਿਹੜਾ ਸਿੱਖਾਂ ਦਾ ਤਾਂ ਬਿਲਕੁਲ ਖਰਾਬ ਕਰ ਦਊਗੇ ਨਾ। ਤਾਂ ਇਹ ਬੱਚੀ ਨੂੰ ਇਨਸਾਫ ਦਿਵਾਉਣ ਲਈ ਸਾਨੂੰ ਜਿੱਥੇ ਵੀ ਜਾਣਾ ਪਿਆ ਆਪਾਂ ਉੱਥੇ ਤੱਕ ਜਾਵਾਂਗੇ। 31 ਤਰੀਕ ਦੀ ਇਹ ਗੱਲ ਹੋਈ ਆ ਤਾਂ ਅੱਜ ਦੇਖ ਲਓ ਕਿੰਨੀ 16-17 ਤਰੀਕ ਹੋ ਗਈ ਆ, ਹਜੇ ਤੱਕ ਕੋਈ ਕਾਰਵਾਈ ਨਹੀਂ ਹੈ, ਕੋਈ ਕੁਛ ਨਹੀਂ। ਜਾਂਦੇ ਹਾਂ ਬਸ 10 ਮਿੰਟ 15 ਮਿੰਟ ਅੱਧਾ ਘੰਟਾ, ਉਹ ਸਾਨੂੰ ਫਲਾਨਾ ਅਫਸਰ ਦੱਸੂਗਾ ਜੀ, ਫਲਾਨਾ ਦੱਸੂਗਾ, ਉਹ ਕੁਛ ਨਹੀਂ ਕੋਈ ਕਿਸੇ ਨੂੰ ਦੱਸ ਰਿਹਾ, ਨਾ ਕੋਈ ਕਾਰਵਾਈ ਕਰ ਰਹੇ ਆ। ਉਲਟਾ ਸਾਨੂੰ ਬੜੇ ਫੋਨ ਆ ਰਹੇ ਆ ਵੀ ਤੁਸੀਂ ਪਿੱਛੇ ਹਟ ਜਾਓ। ਅਸੀਂ ਦੱਸਣਾ ਚਾਹੁੰਦੇ ਵੀ ਅਸੀਂ ਪਿੱਛੇ ਨਹੀਂ ਹਟਣਾ, ਜਿੱਦਾਂ ਦਾ ਪ੍ਰੋਟੈਸਟ ਕਰਨਾ ਪਊਗਾ ਅਸੀਂ ਪ੍ਰੋਟੈਸਟ ਕਰਾਂਗੇ। ਕੱਲ੍ਹ ਤੋਂ ਸਵੇਰੇ ਸ਼ੁਰੂ ਹੋ ਜਾਣਾ ਅਸੀਂ, ਜਿੰਨੀਆਂ ਵੀ ਪਾਰਟੀਆਂ ਇਹ ਸਾਨੂੰ 10 ਜਥੇਬੰਦੀਆਂ ਦੱਸਦੇ ਆ, ਬਹੁਤ ਜਥੇਬੰਦੀਆਂ ਵਧੀਆ ਵੀ ਹੈਗੀਆਂ, ਜ਼ਰੂਰੀ ਨਹੀਂ ਵੀ ਇਹ ਸਾਰੀਆਂ ਇੱਦਾਂ ਦੀਆਂ ਆਈਆਂ ਵੀ ਜਿਹੜੇ ਗਲਤ ਕੰਮਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰੂਗੇ। ਸਾਡੇ ਨਾਲ ਵੀ ਹੈਗੇ ਆ, ਅਸੀਂ ਕੱਲ੍ਹ ਤੋਂ ਦੁਬਾਰਾ ਆਪਣਾ ਪ੍ਰੋਟੈਸਟ ਸ਼ੁਰੂ ਕਰਾਂਗੇ ਜੇ ਅੱਜ ਪਰਚਾ ਨਾ ਦਿੱਤਾ ਇਹਨਾਂ। ਇੱਕ ਸੁਣਨ 'ਚ ਆਇਆ ਕਿ ਜਿਹੜੇ SDPC ਦੇ ਪ੍ਰਧਾਨ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਜੋ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੇ, ਉਹਨਾਂ ਵੱਲੋਂ ਵੀ ਕੋਈ ਫੋਨ ਕਾਲ ਆਈ ਆ, ਕੋਈ ਇਸ ਤਰ੍ਹਾਂ ਦੇ ਮੁੱਦੇ 'ਤੇ ਗੱਲਬਾਤ ਕੀਤੀ ਜਾ ਰਹੀ? ਹਾਂਜੀ, ਇਹਨਾਂ ਨਾਲ ਬਲਜਿੰਦਰ ਸਿੰਘ ਜੀ ਨਾਲ ਵੀ ਹੋਈ ਆ ਗੱਲ, ਇਹਨਾਂ ਨੂੰ ਫੋਨ ਆਇਆ ਵੀ ਬਹਿ ਕੇ ਆਪਾਂ ਗੱਲ ਕਰਾ ਦਿੰਦੇ ਹਾਂ ਤੁਹਾਡੀ, ਗੱਲ ਅਸੀਂ ਕਰਨੀ ਕੀ ਆ ਜੀ ਉਹਨਾਂ ਨਾਲ, ਉਹ ਗਲਤੀ ਮੰਨੇ, ਜੇ ਉਹ ਗਲਤੀ ਮੰਨਦਾ ਤਾਂ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਗੱਲ ਕਰਦੇ ਹਾਂ, ਜੋ ਪੰਜ ਸਿੱਖ ਜਿੱਦਾਂ ਹੁਕਮ ਲਾਉਣਗੇ, ਜੋ ਇਹਨਾਂ ਡੰਡ ਲਾਊਗੇ ਹੋ ਜਾਊਗਾ, ਪਰ ਫਸਟ ਦੇ ਵਿੱਚ ਤਾਂ ਉਹਨਾਂ ਨੂੰ ਗਲਤੀ ਮੰਨਣੀ ਪਊਗੀ, ਉਹ ਆਪਣੀ ਗਲਤੀ ਮੰਨਦਾ ਹੀ ਨਹੀਂ ਤਾਂ ਅਸੀਂ ਉਹਨਾਂ ਨਾਲ ਬੈਠੀਏ ਕਾਹਦੇ ਵਾਸਤੇ? ਕੋਈ CCTV ਫੁਟੇਜ ਵੀ ਕੋਈ ਕਢਾਇਆ ਉੱਥੋਂ? ਇਹਨਾਂ ਨੇ ਕੁਛ ਨਹੀਂ ਕਢਾਇਆ ਜੀ, ਕੈਮਰੇ ਸਾਰੇ ਚੱਲਦੇ ਆ ਹਰੇਕ ਜਗ੍ਹਾ ਦੇ ਉੱਤੇ, ਉੱਦਣ ਦੇ ਕੈਮਰੇ ਬੰਦ ਕੀਤੇ ਹੋਏ ਆ। ਉਹ ਪੁਲਿਸ ਨੂੰ ਚਾਹੀਦਾ ਸੀ ਵੀ ਹੁਣ ਤੱਕ ਉਹ ਸਾਰਾ ਕੁਛ ਕਢਾ ਕੇ ਉਹ ਸਾਹਮਣੇ ਕਰਦੇ ਪਬਲਿਕ ਦੇ ਅਤੇ ਕੀ ਹੋਇਆ ਕੀ ਨਹੀਂ ਹੋਇਆ। ਉਹ ਝੂਠੀਆਂ ਗੱਲਾਂ ਬਣਾਈ ਜਾਂਦੇ, ਕਦੀ ਕਹਿੰਦੇ ਕੁੜੀ 28 ਤਰੀਕ ਤੋਂ ਆਉਂਦੀ ਸੀ, ਕਦੀ ਕੁੜੀ ਇੱਕੋ ਹੀ ਵਾਰੀ ਗਈ ਆ 31 ਤਰੀਕ ਨੂੰ, ਉਹ ਕੈਮਰੇ ਦੇ ਵਿੱਚ ਆ ਜਾਣਾ ਹੈ। ਅਸੀਂ ਚਾਹੁੰਦੇ ਹਾਂ ਵੀ ਜੋ ਵੀ ਉਹਨਾਂ ਨੇ ਟੈਸਟ ਕਰਾਉਣਾ ਆ ਕਰਾ ਲੈਣ, ਕਰਾ ਕੇ ਮਤਲਬ ਸੱਚਾਈ ਸਾਹਮਣੇ ਆ। ਜੀ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰ, ਇੱਕ ਜਿਹੜੀ ਸੱਚਾਈ 'ਤੇ ਤੁਸੀਂ ਖੜ੍ਹੇ ਹੋਏ ਹੋ, ਇੱਕ ਇਨਸਾਫ ਦਿਵਾਉਣ ਲਈ ਇੱਕ
ਆਪਣੀ ਹੁਸ਼ਿਆਰਪੁਰ ਧੀ ਆ ਉਹਦੇ ਨਾਲ ਤੁਸੀਂ ਡਟ ਕੇ ਖੜ੍ਹੇ ਹੋ ਅਤੇ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ, ਫੋਨ ਕਾਲ ਤੁਸੀਂ ਕਾਫੀ ਆ ਰਹੀਆਂ ਨੇ, ਕੀ ਕਹਿਣਾ? ਹਾਂਜੀ ਵੀਰ ਜੀ, ਗੱਲ ਇਸ ਤਰ੍ਹਾਂ ਹੈ, ਸਭ ਤੋਂ ਪਹਿਲਾਂ ਸਾਨੂੰ ਮਤਲਬ ਜਿਹੜੀ ਇਹ ਹਰਕਤ ਹੋਈ ਆ ਇੱਕ ਗੁਰਸਿੱਖ ਬੰਦੇ ਨੇ ਕੀਤੀ ਆ, ਸਭ ਤੋਂ ਵੱਡੀ ਸਾਡੇ ਲਈ ਸ਼ਰਮ ਦੀ ਗੱਲ ਤਾਂ ਇਹ ਹੈਗੀ ਹੈ, ਯਕੀਨ ਨਹੀਂ ਸੀ ਆਉਂਦਾ ਜਿਸ ਦਿਨ ਇਹ ਮਤਲਬ ਗੁੜੀਆਂ ਨੇ ਮਤਲਬ ਸਾਨੂੰ ਇਹ ਗੱਲ ਪਤਾ ਲੱਗੀ ਹੈ ਨਾ, ਤਾਂ ਸ਼ਾਇਦ ਇਹ ਪੇਰੈਂਟਸ ਨੂੰ ਦੁੱਖ ਲੱਗਿਆ ਹੋਊ ਇਸ ਗੱਲ ਦਾ ਵੀ ਮੈਂ ਜੋ ਇਹਨਾਂ ਨੂੰ ਕੁਐਸਚਨ ਕਰ ਰਿਹਾ ਸੀਗਾ ਵੀ ਤੁਸੀਂ ਇੱਕ ਤੋਹਮਤ ਲਾ ਰਹੇ ਹਾਂ ਵੀ ਇਸ ਤਰ੍ਹਾਂ ਨਹੀਂ ਹੋ ਸਕਦੀ, ਫਿਰ ਉਮਰ ਦਾ ਵੀ ਲਿਹਾਜ਼ ਹੁੰਦਾ, 55-60 ਸਾਲ ਦਾ ਬੰਦਾ ਆ, ਅੰਮ੍ਰਿਤ ਛਕਿਆ ਆ, ਵੀ ਮਤਲਬ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ। ਤੁਸੀਂ ਵੀ ਇੱਕ ਵਿਸ਼ਵਾਸ ਕੀਤਾ ਕਿ ਉਹ ਬਜ਼ੁਰਗ ਬੰਦਾ ਜਿਹੜਾ ਉਹ ਇਹ ਕੰਮ ਨਹੀਂ ਕਰ ਸਕਦਾ? ਨਹੀਂ ਕਰ ਸਕਦਾ, ਮਤਲਬ ਯਕੀਨ ਨਹੀਂ ਸੀ ਇਹਦਾ, ਮਤਲਬ ਮੈਂ ਉਲਟਾ ਇਹਨਾਂ ਨੂੰ ਹੀ ਬਲੇਮ ਕੀਤੇ ਆ, ਪਰ ਜਦੋਂ ਇਹਨਾਂ ਨੇ ਮੈਡੀਕਲ ਵਗੈਰਾ ਕਰਵਾਏ ਆਪਣੇ ਜਾਂ ਹੋਰ ਬੱਚੀ ਦੀਆਂ ਮਾਂ ਨੇ ਮਤਲਬ ਮੈਨੂੰ ਫੋਟੋਆਂ ਸੈਂਡ ਕੀਤੀਆਂ, ਫਿਰ ਤਾਂ ਸਾਡੇ ਘਰ ਵੀ ਧੀਆਂ ਹੈਗੀਆਂ, ਅਸੀਂ ਤਾਂ ਇਹ ਜਿੱਦਾਂ ਧਾਮੀ ਸਾਹਿਬ ਉਹਨਾਂ ਨੇ ਜਾਂ ਕੋਈ ਹੋਰ ਵੀ ਕੋਈ ਸਿੱਖ ਜਥੇਬੰਦੀਆਂ ਜਿਹੜੀ ਆਪਣੇ ਆਪ ਨੂੰ ਸ਼ਹਿਰ ਦੀਆਂ ਨਾਮੀ ਦੱਸਦੇ ਆ, ਟੌਪ 10 ਜਥੇਬੰਦੀਆਂ ਆਪਣੇ ਆਪ ਨੂੰ ਸ਼ਬਦ ਬੋਲੇ ਆ, ਕੁੜੀ ਦੇ ਪੇ ਨੂੰ ਧਮਕੀਆਂ ਦਿੱਤੀਆਂ ਵੀ ਸਾਡੇ ਨਾਲ ਟੌਪ 10 ਜਥੇਬੰਦੀਆਂ ਖੜੀਆਂ ਹੈਗੀਆਂ, ਵੀ ਭਾਈ ਅੰਮ੍ਰਿਤ ਛਕਿਓ ਹੈ, ਦਾੜੇ ਪ੍ਰਕਾਸ਼ ਹੈਗੇ ਆ, ਜੋ ਪਬਲਿਕ ਦੇ ਵਿੱਚ ਮੈਸੇਜ ਆਉਂਦਾ ਜਿੱਥੇ ਇੱਕ ਸਿੰਘ ਬੰਦਾ ਖੜ੍ਹਾ ਹੋਵੇ ਨਾ ਤਾਂ ਉੱਥੇ ਜਿਹੜਾ ਆਲੇ ਦੁਆਲੇ ਦਾ ਬੰਦਾ ਇੱਕ ਆਪਣੇ ਆਪ ਨੂੰ ਸਿਕਿਓਰ ਫੀਲ ਕਰਦਾ, ਜੋ ਗੁਰੂ ਮਹਾਰਾਜ ਨੇ ਮਤਲਬ ਸਾਨੂੰ ਸਰਬੱਤ ਦੇ ਭਲੇ ਲਈ ਜਿਹੜਾ ਅੰਮ੍ਰਿਤ ਛਕਾਇਆ ਹੁੰਦਾ ਵੀ ਜੇ ਆਪਾਂ ਨੂੰ ਸ਼੍ਰੀ ਸਾਹਿਬ ਜਾਂ ਕੁਛ ਆਪਣੇ ਹਥਿਆਰਬੰਦ ਹੋ ਕੇ ਇੱਕ ਸਿੰਘ ਨਿਕਲਦਾ ਉਹ ਹਿਫਾਜ਼ਤ ਲਈ ਹੁੰਦਾ, ਹੁਣ ਤਾਂ ਇਹ ਹਿਸਾਬ ਹੋ ਗਿਆ ਜੋ ਇਸ ਬੰਦੇ ਨੇ ਹਰਕਤ ਕੀਤੀ ਆ ਇੱਕ ਸਿੱਖਾਂ ਦਾ ਜਿਹੜਾ ਨਾਮ ਕਰੈਕਟਰ ਖਰਾਬ ਕਰ ਦਿੱਤਾ, ਅਤੇ ਜੇ ਅਸੀਂ ਉਸ ਸਿੱਖ ਦੇ ਨਾਲ ਖੜ੍ਹਦੇ ਹਾਂ ਤਾਂ ਸਾਡੀ ਮਤਲਬ ਸਾਰਿਆਂ ਦੀ ਛਵੀ ਖਰਾਬ ਜਾਂਦੀ ਆ। ਮੈਂ ਤਾਂ ਜਿਹੜੀ ਜਥੇਬੰਦੀਆਂ ਨਾਲ ਖੜ੍ਹੀਆਂ ਉਹਨਾਂ ਨੂੰ ਬੜੀਆਂ ਮਿਹਨਤਾਂ ਕੀਤੀਆਂ, ਉਹ ਉਲਟਾ ਮੈਨੂੰ ਮੇਰੇ ਟਾਈਮ ਦੱਸਦੀਆਂ ਵੀ ਤੂੰ ਇੱਕ ਨਵਾਂ ਹੈਗਾ ਵੀ ਇੱਕ ਮਤਲਬ ਤੈਨੂੰ ਇਸ ਚੀਜ਼ ਦਾ ਨੌਲੇਜ ਨਹੀਂ ਆ, ਵੀ ਸਿੱਖ ਨੂੰ ਇੱਕ ਸਿੱਖ ਦੇ ਨਾਲ ਦੇਖਣਾ ਚਾਹੀਦਾ, ਦੇਖਣਾ ਚਾਹੀਦਾ ਠੀਕ ਹੈ, ਹਰ ਮਤਲਬ ਗੱਲ ਠੀਕ ਹੈ, ਪਰ ਜੇਕਰ ਮੰਨੀਏ ਕਿ ਜੇ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਇੱਦਾਂ ਦਾ ਹਾਦਸਾ ਵਾਪਰੇ ਤਾਂ ਉਹ ਵੀ ਇਹੀ ਚੀਜ਼ 'ਤੇ ਲਾਗੂ ਆਪਣੇ ਰੂਲਸ ਕਾਇਮ ਰੱਖਣਗੇ? ਫਿਰ ਗੱਲ ਤਾਂ ਇਹ ਵੀ ਜੇ ਸਿੱਖ ਨੂੰ ਸਿੱਖ ਲਈ ਦੇਖਣਾ, ਸਿੱਖ ਤਾਂ ਇਹ ਹੈ ਵੀ ਦੂਜੇ ਦੀ ਹਿਫਾਜ਼ਤ ਕਰਦਾ, ਜੇ ਸਿੱਖ ਹੀ ਆਪਣੇ ਦੂਜਿਆਂ 'ਤੇ ਭਾਰੀ ਇੱਕ ਚਿਹਰਾ ਆਪਣੇ ਸਿੱਖ ਦਾ ਆ ਅੰਮ੍ਰਿਤ ਛੱਕ ਕੇ, ਮਤਲਬ ਇਹ ਨਹੀਂ ਵੀ ਇੱਕ ਪੱਗ ਰੱਖ ਲਈ ਅੰਮ੍ਰਿਤ ਛੱਕ ਲਿਆ ਤੁਸੀਂ ਗੁਰੂ ਮਹਾਰਾਜ ਦੀ ਦਿੱਤੀ ਪੱਗ, ਉੱਪਰੋਂ ਤੁਸੀਂ ਇਹ ਮੈਸੇਜ ਦਿੰਦੇ ਹਾਂ ਵੀ ਆਪਾਂ ਉਹ ਪੱਗ ਤੁਹਾਡੇ ਚਰਨਾਂ 'ਚ ਬਲਜਿੰਦਰ ਸਿੰਘ ਰੱਖ ਦਿੰਦੇ ਹਾਂ, ਗਲਤੀ ਨਹੀਂ ਹੈਗੀ, ਪੱਗ ਰੱਖ ਦਿੰਦੇ ਹਾਂ, ਪੱਗ ਮਹਾਰਾਜ ਦੀ ਦਿੱਤੀ ਬਖਸ਼ਿਸ਼ ਹੈ ਵੀ ਤੁਸੀਂ ਇੱਕ ਪੱਗ ਦੀ ਆਹ ਵੈਲਿਊ ਰੱਖਦੇ ਹਾਂ, ਜਿਹੜਾ ਪੱਗ ਦੀ ਵੈਲਿਊ ਨਹੀਂ ਸਮਝਦਾ ਤਾਂ ਉਹਨੇ ਇਹ ਜੋ ਕੰਮ ਕੀਤਾ ਹੈ ਵੀ ਉੱਥੋਂ ਸਾਫ ਨਜ਼ਰ ਆਉਂਦਾ ਆ। ਦੂਸਰੀਆਂ ਗੱਲਾਂ ਅਸੀਂ ਕਹਿੰਦੇ ਵੀ ਕੁੜੀ 'ਤੇ ਯਕੀਨ ਨਾ ਕਰੋ, ਜੋ ਵੀ ਇਨਵੈਸਟੀਗੇਸ਼ਨ ਕਰਨੀ ਪੁਲਿਸ ਅੱਗੇ ਵੀ ਬੇਨਤੀ ਕੀਤੀ ਆ, ਉਹਨਾਂ ਜਥੇਬੰਦੀਆਂ ਨੇ ਵੀ ਬੋਲਿਆ ਜੋ ਵੀ ਤੁਸੀਂ ਕਹਿੰਦੇ ਆ ਉਹ ਆਪਾਂ ਟੈਸਟ ਇਹਨਾਂ ਲਈ ਕਰਨ ਨੂੰ ਤਿਆਰ ਹੈਗੇ ਆ, ਮੈਡੀਕਲ ਹੋ ਗਿਆ ਜੋ ਵੀ ਹੈ ਜਾਂ ਕੈਮਰੇ ਜਿਹੜੇ ਚੱਲਦੇ ਸੀ ਉਹ ਰਿਕਾਰਡ ਕੋਈ ਘਟਾਉਂਦਾ ਹੀ ਨਹੀਂ ਹੈਗਾ, ਉਹਦੇ ਵਿੱਚ ਸਾਰਾ ਨਜ਼ਰ ਆਉਂਦਾ ਇਹ ਵੀ ਮਤਲਬ ਜੋ ਵੀ ਹੈਗਾ ਵੀ ਉਹ 'ਚ ਕੈਮਰਿਆਂ 'ਚ ਸਾਰਾ ਕੁਛ ਆ ਜਾਣਾ, ਜੋ ਕਿ ਉਹ ਬੰਦਿਆਂ ਨੂੰ ਕੋਈ ਵੀ ਸਵਾਲ ਨਹੀਂ ਕਰਦਾ, ਨਾ ਤਾਂ ਕੋਈ ਜੇ ਮੀਡੀਆ ਵਾਲੇ ਵੀ ਮਤਲਬ ਸਾਡੇ ਕੋਲ ਆਏ ਆ, ਤੁਸੀਂ ਹੁਣ ਇੱਕ ਮੀਡੀਆ ਵੱਲ ਸਾਨੂੰ ਬਹੁਤ ਮਾਣ ਆ ਵੀ ਸਾਡੀ ਖਬਰ ਲੱਗ ਜੂਗੀ, ਸਾਡੀ ਤਾਂ ਕੋਈ ਖਬਰ ਲੈਣ ਨੂੰ ਨਹੀਂ ਮਤਲਬ ਤਿਆਰ ਹੈਗਾ, ਉਹ ਸਾਰਿਆਂ ਨੂੰ ਪ੍ਰੈਸ਼ਰਾਈਜ਼ ਕਰਤਾ ਪਿਆ ਆ ਔਰ ਉਲਟਾ ਮਾਰਨ ਦੀਆਂ ਧਮਕੀਆਂ ਤੱਕ ਵੀ ਆਉਂਦੀਆਂ। ਸਰ ਇਹ ਸਾਰਾ ਮਾਮਲਾ ਤੁਹਾਡੇ ਧਿਆਨ ਦੇ ਵਿੱਚ ਕਿਵੇਂ ਆਇਆ? ਸਰ ਜੀ ਮੈਂ ਜਿਸ ਤਰ੍ਹਾਂ ਆਪਣੀ ਨਾ ਸਮਾਜ ਸੇਵਾ ਕਹਿ ਲਓ ਵੀ ਨਸ਼ਿਆਂ 'ਤੇ ਮੈਂ ਕੰਮ ਕਰਦਾ ਹਾਂ ਵੀ ਨਸ਼ਾ ਛਡਾਉਣ ਦਾ, ਮੇਰੀ ਆਪਣੀ ਹੈਗੀ ਆਯੁਰਵੇਦ ਮਤਲਬ ਯੂਨਿਟ ਹੈਗਾ ਆ ਵੀ ਮੈਂ ਜਿੰਨਾ ਹੋਵੇ ਸੇਵਾ ਕਰਦਾ ਹਾਂ, ਉਸਦੇ ਨਾਲ ਮੇਰੇ ਜਿਹੜੇ ਲੜਕੇ ਹੈਗੇ ਇਹਨਾਂ ਦੇ ਪਿੰਡ ਦੇ ਤਾਏ ਚਾਚੇ ਦੇ ਮੁੰਡੇ ਗੁੜੀਆ ਦੇ ਨਾ ਸੇਵਾ ਕਰਦੇ ਹੈਗੇ ਆ, ਬਾਣੇ ਦੇ ਵਿੱਚ ਰਹਿੰਦੇ ਆ, ਜਿਸ ਦਿਨ ਪਤਾ ਲੱਗਾ ਉਹਨਾਂ ਨੂੰ ਤਾਂ ਉਹ ਇਹਨਾਂ ਦੀ ਹੈਲਪ ਲਈ ਪਹੁੰਚੇ, ਉੱਥੇ ਰੌਲਾ ਪੈ ਗਿਆ ਵੀ ਦਲ ਖਾਲਸੇ ਦੇ ਬੰਦਿਆਂ ਨੇ ਕੁੜੀ ਦੀ ਸਪੋਰਟ ਕੀਤੀ ਆ, ਇੱਕ ਨਾਂ ਲੈਣਾ ਇੰਨਾ ਗਲਤ ਹੋ ਗਿਆ ਵੀ ਜਿੰਨੀਆਂ ਜਥੇਬੰਦੀਆਂ ਸਾਰੀਆਂ ਇੱਕ ਪਾਸੇ ਇਕੱਠੀਆਂ ਹੋ ਗਈਆਂ, ਦਲ ਖਾਲਸਾ ਦਾ ਨਾਮ ਤਾਂ ਕੀ ਲਿਆ, ਅਸੀਂ ਕੋਈ ਜਥੇਬੰਦੀ ਤੌਰ 'ਤੇ ਨਹੀਂ ਕੁੜੀ ਦੀ ਹੈਲਪ ਕਰ ਰਹੇ, ਅਸੀਂ ਜਥੇਬੰਦੀ ਤੋਂ ਹਟ ਕੇ ਇੱਕ ਇਨਸਾਨੀਅਤ ਤੌਰ 'ਤੇ ਜੋ ਇੱਕ ਸਿੱਖ ਦਾ ਫਰਜ਼ ਆ ਅਸੀਂ ਉਹ ਇੱਕ ਆਪਾਂ ਇਹਨਾਂ ਦੇ ਨਾਲ ਖੜ੍ਹੇ ਹਾਂ, ਔਰ ਖੜ੍ਹੇ ਵੀ ਇਸ ਤਰ੍ਹਾਂ ਵੀ ਜੇ ਉਹ ਕਹਿੰਦੇ ਵੀ ਟਾਈਮ ਜਾਂ ਮਤਲਬ ਤੁਹਾਨੂੰ ਦੱਸ ਨਹੀਂ ਸਕਦੇ, ਕੱਲ੍ਹ ਵੀ DSP ਸਾਹਿਬ ਨੂੰ ਦੱਸਿਆ ਵੀ ਫੋਨ ਮੇਰਾ ਚੈੱਕ ਕਰਵਾ ਲਿਓ,
ਜਿਹੜੇ ਜਿਹੜੇ ਬੰਦੇ ਫੋਨ ਕਰਦੇ ਜੇ ਮੈਂ ਨਾਮ ਦੱਸਣ ਲੱਗ ਗਿਆ ਉਲਟਾ ਮੇਰਾ ਬੈਰ ਪੈਂਦਾ, ਮੈਨੂੰ ਮਾਰਨ ਦੀਆਂ ਧਮਕੀਆਂ ਤੱਕ ਵੀ ਇਹ ਬੰਦਿਆਂ ਨੇ ਬੋਲੇ ਯਾਰ, ਮੈਸੇਜ ਦਿੱਤੇ ਹੈਗੇ ਆ। ਔਰ ਕੱਲ੍ਹ ਤਾਂ DSP ਰੂਮ ਦੇ ਸਾਹਮਣੇ ਕੁੜੀ ਦੇ ਪਾਪਾ ਨੂੰ ਹੀ ਗੱਲ ਸ਼ਬਦ ਬੋਲ ਦਿੱਤੀ ਵੀ ਟੌਪ 10 10 ਜਥੇਬੰਦੀਆਂ ਸਾਡੇ ਮੋਹਰੇ ਖੜੀਆਂ, ਨਾਲ ਤੁਹਾਡੇ ਨਾਲ ਕੌਣ ਖੜਾ? ਇੱਕ ਬੰਦਾ ਇਨਸਾਫ ਲੈਣ ਲਈ ਜਥੇਬੰਦੀਆਂ ਲੋੜ ਆ ਜਾਂ ਜੋ ਸੱਚਾਈ ਆ ਉਹ ਸਾਹਮਣੇ ਆਉਣੀ ਚਾਹੀਦੀ? ਜਨਾਬ ਜੀ, ਜਥੇਬੰਦੀਆਂ ਤਾਂ ਚਲੋ ਇਹ ਹੁੰਦੀਆਂ ਵੀ ਜਥੇਬੰਦੀ ਕੋਈ ਵੀ ਆਪਣੀ ਜਗ੍ਹਾ ਕੰਮ ਕਰਦੀ ਸਹੀ ਕਰਦੀ ਆ, ਪਰ ਇਹ ਆ ਵੀ ਦੇਖਣਾ ਚਾਹੀਦਾ ਜਥੇਬੰਦੀ ਨੂੰ ਕੁੜੀ ਦਾ ਵੀ ਪੱਖ ਦੇਖੋ, ਬੰਦੇ ਦਾ ਵੀ ਪੱਖ ਦੇਖੋ, ਜੇ ਕਿਤੇ ਗਲਤ ਹੈ ਦੋਨਾਂ ਨੂੰ। ਜਿਸ ਤਰ੍ਹਾਂ ਧਾਮੀ ਸਾਹਿਬ ਉਹਨਾਂ ਨੇ ਬਹੁਤ ਚੰਗੀ ਗੱਲ ਕਹੀ ਹੈ ਵੀ ਕੋਈ ਬੰਦਾ ਆਪਣੇ ਗੁਰੂ ਮਹਾਰਾਜ ਦਾ ਦਿੱਤਾ ਟੈਸਟ, ਕੋਈ ਫੇਲ ਹੋ ਗਿਆ ਤਾਂ ਕੋਈ ਪਾਸ ਹੋ ਗਿਆ, ਇੱਕ ਟੈਸਟ ਹੀ ਇੱਕ ਬੰਦੇ ਦਾ। ਅਤੇ ਜੇ ਤੂੰ ਫੇਲ ਹੋ ਗਿਆ ਤਾਂ ਆਪਣੀ ਗਲਤੀ ਮੰਨ ਲਵੇ, ਅਸੀਂ ਨਹੀਂ ਥਾਣਾ ਜਾਣਾ, ਅਸੀਂ ਨਹੀਂ ਕਿਸੇ ਹੋਰ ਪਾਸੇ ਬਹਿੰਦੇ ਹਾਂ, ਅਸੀਂ ਗੁਰਦੁਆਰੇ ਬੈਠ ਕੇ ਪੰਜ ਸਿੰਘ ਜੋ ਵੀ ਸਜ਼ਾ ਲਾਣਗੇ ਵੀ ਅਸੀਂ ਕੁੜੀ ਵਾਲਿਆਂ ਨੂੰ ਕਹਾਂਗੇ ਸਵੀਕਾਰ ਕਰੋ। ਜੇ ਇੱਕ ਸਿੱਖ ਨਾਤੇ ਦੇ ਹੋਣ ਦੇ ਅਸੀਂ ਨਹੀਂ ਚਾਹੁੰਦੇ ਵੀ ਉਹ ਸਿੱਖ ਨੂੰ ਅਸੀਂ ਇੱਦਾਂ ਜਲੀਲ ਜੋ ਹੁੰਦੇ, ਉਹ ਸਿੱਖ ਜਲੀਲ ਨਹੀਂ ਹੁੰਦਾ, ਅਸੀਂ ਸਾਰੇ ਸਿੱਖ ਜਲੀਲ ਹੋ ਰਹੇ ਹਾਂ ਇੱਕ ਬੰਦੇ ਦੇ ਕਰਕੇ, ਅਸੀਂ ਸਾਰੇ ਸਿੱਖ ਭਾਈਚਾਰਾ ਜਲੀਲ ਹੋ ਰਿਹਾ ਆ। ਸਾਡੇ ਸਿੱਖਾਂ ਦੀ ਛਵੀ ਦੇਖੋ, ਕਲਕੱਤੇ 'ਚ ਕੁੜੀ ਦਾ ਕਾਂਡ, ਮਤਲਬ ਜੋ ਹੋਇਆ ਸਾਰਿਆਂ ਨੂੰ ਪਤਾ, ਰੇਪ ਦਾ। ਕੁੜੀ ਦੀ ਮਾਂ ਨੇ ਕੀ ਬੋਲਿਆ ਜਦੋਂ ਅੰਮ੍ਰਿਤਪਾਲ ਮਹਿਰੋ ਜੀ ਗਏ ਆ ਵੀ ਜੇ ਅਗਰ ਉੱਥੇ ਕੋਈ ਸਿੱਖ ਭਾਈ ਖੜਾ ਹੁੰਦਾ ਤਾਂ ਸ਼ਾਇਦ ਮੇਰੀ ਕੁੜੀ ਨਾਲ ਕੋਈ ਆਹ ਕੰਮ ਨਾ ਹੁੰਦਾ। ਪੰਜਾਬ ਦੇ ਵਿੱਚ ਜੇ ਇਹ ਕੰਮ ਹੋਣ ਲੱਗ ਪਿਆ ਤਾਂ ਅਸੀਂ ਬਾਕੀਆਂ ਨੂੰ ਸਾਡਾ ਮੈਸੇਜ ਸਿੱਖਾਂ ਦਾ ਕੀ ਜਾਊਗਾ? ਬਹੁਤ ਦੁੱਖ ਦੀ ਗੱਲ ਹੈ, ਸ਼ਰਮ ਦੀ ਗੱਲ ਹੈ ਬਹੁਤ ਜ਼ਿਆਦਾ। ਸਰ ਜੇ ਹੁਣ ਇਨਸਾਫ ਨਹੀਂ ਮਿਲਦਾ ਤਾਂ ਫਿਰ ਸਰ ਅਗਲਾ ਕਦਮ ਕੀ ਹੋਊਗਾ ਤੁਹਾਡਾ? ਸਰ ਜੀ, ਅਗਲਾ ਜੇ ਤਾਂ ਅਸੀਂ ਮਤਲਬ ਕਾਨੂੰਨ ਦੇ ਅਧਾਰੇ ਹਿਸਾਬ ਨਾਲ ਚੱਲੇ ਹਾਂ ਤਾਂ ਅਸੀਂ ਕਾਨੂੰਨ ਦੇ ਅਧਾਰੇ 'ਚ ਹੀ ਰਹਿ ਕੇ ਅਸੀਂ ਹਾਈ ਕੋਰਟ ਦੇ ਦਰਵਾਜ਼ੇ ਖਟਖਟਾਵਾਂਗੇ। ਮੈਨੂੰ ਲੱਗਦਾ ਅਸੀਂ ਹੁਸ਼ਿਆਰਪੁਰ ਵੀ ਜੇ ਅਸੀਂ ਕੋਰਟ ਦਾ ਦਰਵਾਜ਼ਾ ਖਟਖਟਾਇਆ ਸੁਣਨੀ ਨਹੀਂ ਹੈ। ਇੱਥੇ ਤੱਕ ਉਹਨਾਂ ਨੇ ਆਪਣੀ ਪਾਵਰ ਦਾ ਇਸਤੇਮਾਲ ਕੀਤਾ ਪੈਸੇ ਦੇ ਜੋੜ ਨਾਲ, ਹੁਣ ਅਸੀਂ ਇਸ ਤੋਂ ਵੱਧ ਕੀ ਦੱਸੀ? ਜਿਹੜੇ ਵੀ ਵਕੀਲ ਕੋਈ ਸਾਡੇ ਲਈ ਹੈਲਪ ਕਰਦਾ ਆ ਉਹਨੂੰ ਵੀ ਧਮਕੀਆਂ, ਇਸ ਤੋਂ ਵੱਧ ਤੁਸੀਂ ਦੱਸੋ ਵੀ ਸਾਡੇ ਲਈ ਕੌਣ ਹੈਲਪ ਲਈ ਖੜੂਗਾ? ਅਸੀਂ ਤਾਂ ਤੁਸੀਂ ਵੀ ਆਏ, ਸਾਨੂੰ ਲੱਗਦਾ ਹੈ ਵੀ ਜੇ ਖਬਰ ਲੱਗ ਜੂਗੀ ਸੋਚਾਂਗੇ ਵੀ ਤੁਹਾਡੇ ਤੱਕ ਪਹੁੰਚ ਕੀਤੀ ਹੈ, ਤੁਸੀਂ ਇੱਕ ਆਪਣਾ ਸਿੱਖ ਭਾਈਚਾਰਾ ਨੂੰ ਜਾਂ ਇਨਸਾਫ ਦੇ ਹੱਕ 'ਚ ਖੜੇ ਹਾਂ। ਇਹ ਨਾ ਦੇਖੋ ਅਸੀਂ ਵੀ ਕੁੜੀ ਆ, ਅਸੀਂ ਕਹਿੰਦੇ ਕੁੜੀ ਗਲਤ ਹੋ ਸਕਦੀ ਹੈ, ਪਰ ਉਹ ਕਹਿੰਦੇ ਦੱਸੋ ਤੁਸੀਂ ਕਿੱਥੋਂ ਗਲਤ ਹੈ ਤਾਂ ਮਤਲਬ ਨੌਕਰੀ ਲੈਣਾ ਗਲਤ ਹੀ ਆ ਗਿਆ? ਸਾਨੂੰ ਵੀ, ਅਸੀਂ ਵੀ ਬੱਚਿਆਂ ਵਾਲੇ ਹਾਂ, ਘਰਾਂ 'ਚ ਕੰਮ ਲਈ ਕੁੜੀਆਂ ਵੀ ਫੈਕਟਰੀਆਂ 'ਚ ਵੀ ਕੰਮ ਕਰਦੀਆਂ ਆ, ਜੇ ਇੱਕ ਸਿੱਖ ਇਹ ਕੰਮ ਕਰੂਗਾ ਤਾਂ ਮਤਲਬ ਮੈਸੇਜ ਬਹੁਤ ਗੰਦਾ ਜਾ ਰਿਹਾ, ਸ਼ਰਮ ਦੀ ਗੱਲ ਹੈ ਇੱਕ ਸਿੱਖ ਭਾਈਚਾਰੇ ਲਈ ਬਹੁਤ ਜ਼ਿਆਦਾ। ਪਰ ਸਿੱਖ ਜਥੇਬੰਦੀਆਂ ਜਿਹੜੀ ਨਾਲ ਖੜੀਆਂ, ਮੈਂ ਤਾਂ ਕਹਿੰਦਾ ਸ਼ਰਮ ਲਾ ਦਿੱਤੀ ਹੈ ਜੀ, ਆਪਣੇ ਆਪ ਨੂੰ ਟੌਪ 10 ਜਥੇਬੰਦੀਆਂ 'ਚ ਨਾਮ ਲੈਂਦੇ ਆ, ਸ਼ਰਮ ਹੋਣੀ ਚਾਹੀਦੀ ਆ ਇੱਕ ਅੰਮ੍ਰਿਤ ਛੱਕ ਕੇ ਵੀ ਆਪਾਂ ਇੱਕ ਝੂਠੇ ਬੰਦੇ ਦਾ ਸਹਾਰਾ ਦੇਣਾ। ਸਿੱਖ ਦਾ ਕੰਮ ਤਾਂ ਹਿੰਦੂ ਦੀ ਹੋਵੇ ਚਾਹੇ ਸਿੱਖ ਦੀ ਧੀ ਹੋਵੇ, ਉਹਦੇ ਨਾਲ ਖੜਨਾ ਚਾਹੀਦਾ। ਇੱਕ ਮਜ਼ਲੂਮ ਗਰੀਬ ਦੀ ਕੁੜੀ ਨਾਲ ਖੜੋ, ਨਾ ਕਿ ਇੱਕ ਅਮੀਰ ਬੰਦੇ ਦੇ ਨਾਲ ਜਾ ਕੇ ਖੜ ਜਾਓ, ਚਾਹੇ ਸਿੱਖ ਆ ਚਾਹੇ ਕੋਈ ਹਿੰਦੂ ਆ। ਸੋ ਇੱਕ ਸਿੱਖ ਚਿਹਰੇ ਵੱਲੋਂ ਜਿਹੜਾ ਇਹ ਕਾਨੂੰਨੀ ਹਰਕਤ ਕੀਤੀ ਗਈ ਹੈ ਅਤੇ ਜੇਕਰ ਇਹਦੇ ਵਿੱਚ ਸੱਚਾਈ ਹੈ ਤਾਂ ਵਾਕਈ ਸਿੱਖ ਕੌਮ ਦਾ ਸਿਰ ਨੀਵਾਂ ਕੀਤਾ ਗਿਆ ਇਸ ਵਿਅਕਤੀ ਵੱਲੋਂ, ਅਤੇ ਜਿਸ ਦੇ ਲਈ ਇਸ ਪਰਿਵਾਰ ਅਤੇ ਇਹ ਜਥੇਬੰਦੀਆਂ ਜਿਹੜੀਆਂ ਇਸ ਧੀ ਦੇ ਨਾਲ ਖੜੀਆਂ ਨੇ ਅਤੇ ਉਹ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਆਪਣੇ ਸੱਚ ਨੂੰ ਲੈ ਕੇ ਚੱਲ ਰਹੇ ਨੇ, ਅਤੇ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਅਤੇ ਸੜਕਾਂ 'ਤੇ ਉਤਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਪ੍ਰਸ਼ਾਸਨ ਨੂੰ, ਪੰਜਾਬ ਸਰਕਾਰ ਨੂੰ ਵੀ ਇਸ ਬਾਰੇ ਧਿਆਨ ਦੇਣਾ ਚਾਹੀਦਾ ਕਿ ਜੇ ਧੀਆਂ ਅਸੁਰੱਖਿਅਤ ਨੇ ਤਾਂ ਉਹਨਾਂ ਲਈ ਕੀ ਉਹਨਾਂ ਵੱਲੋਂ ਹੱਲ ਕੀਤੇ ਜਾਣੇ ਚਾਹੀਦੇ ਨੇ। ਜਿੱਥੇ ਪੰਜਾਬ ਪੁਲਿਸ ਵੱਲੋਂ ਇਸ ਤਰ੍ਹਾਂ ਦੀਆਂ ਅਣਗਹਿਲੀਆਂ ਵਰਤੀਆਂ ਜਾ ਰਹੀਆਂ ਨੇ ਸਿਰਫ ਜਥੇਬੰਦੀਆਂ ਨੂੰ ਲੈ ਕੇ ਜਿਹੜੇ ਫੈਸਲੇ ਨੇ ਜਾਂ ਇੱਕ ਫੈਸਲੇ ਤੱਕ ਨਹੀਂ ਪਹੁੰਚਿਆ ਜਾ ਰਿਹਾ ਅਤੇ ਕਿਸ ਕਮੀਆਂ ਕਰਕੇ ਨਹੀਂ ਪਹੁੰਚਿਆ ਜਾ ਰਿਹਾ ਅਤੇ ਇਨਸਾਫ ਦੇਣ ਵਿੱਚ ਕਿਉਂ ਦੇਰੀ ਆ, ਕਿਉਂ ਦਰ ਦਰ ਭਟਣਾ ਪੈਂਦਾ ਇਹਨਾਂ ਜਿਹੜੀਆਂ ਧੀਆਂ ਨੂੰ। ਅਤੇ ਇਸ ਲਈ ਇੱਕ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਇਸ ਵੱਧ ਤੋਂ ਵੱਧ ਇਹਨਾਂ ਮੁੱਦਿਆਂ ਉੱਤੇ
ਵਿਚਾਰ ਕਰਨ ਦੀ ਜ਼ਰੂਰਤ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਨੇ ਤਾਂ ਜੋ ਇਹ ਜੋ ਇਸ ਤਰ੍ਹਾਂ ਦੇ ਹਾਦਸਿਆਂ ਵਿੱਚੋਂ ਇਹ ਧੀਆਂ ਨੂੰ ਇੱਕ ਰਾਹਤ ਮਿਲ ਸਕੇ, ਇੱਕ ਉਹਨਾਂ ਨੂੰ ਹੱਕ ਮਿਲ ਸਕੇ ਅਤੇ ਸੱਚ ਦੀ ਜਿਹੜੀ ਉਹ ਜਿੱਤ ਹੋ ਸਕੇ। GBC ਅਪਡੇਟ ਲਈ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਮੈਂ ਨਵਨੀਤ ਸਿੰਘ ਚੀਮਾ, ਧੰਨਵਾਦ। ਸਰ, ਇੱਕ ਮਾਮਲਾ ਸਾਹਮਣੇ ਆਇਆ ਕਿ ਛੇੜਛਾੜ ਦਾ, ਕੋਈ ਨਿਊ ਰਵੀ ਬੁਟੀਕ ਆ, ਉਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਵੱਲੋਂ ਕਿਸੇ ਲੜਕੀ ਨਾਲ ਛੇੜਛਾੜ ਕੀਤੀ ਗਈ ਆ ਅਤੇ ਉਹਦਾ ਸੰਬੰਧ ਵਿੱਚ ਲੜਕੀ ਅਤੇ ਪੀੜਿਤ ਲੜਕੀ ਜਿਹੜੀ ਆ ਉਹਦਾ ਇਹੀ ਬਿਆਨ ਹੈ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ, ਨਾ ਕੋਈ FIR ਦਰਜ ਹੋ ਰਹੀ ਹੈ ਅਤੇ ਮੈਨੂੰ ਕੋਈ ਇਨਸਾਫ਼ ਨਹੀਂ ਮਿਲ ਰਿਹਾ। ਸਰ, ਕੀ ਕਹਿਣਾ ਚਾਹੁੰਦੇ ਇਸ ਸੰਬੰਧੀ? ਥਾਣੇਦਾਰ ਸਾਹਿਬ ASI ਅਮਰਜੀਤ ਨੂੰ ਨਿਯੁਕਤ ਕਰ ਲਿਆ ਜੀ, ਜੋ ਵੀ ਗੱਲ ਸਾਹਮਣੇ ਆਊਗੀ ਜੀ ਉਹ ਸਾਰਾ ਕੁਛ ਦੱਸਿਆ ਜਾਊਗਾ। ਫਿਰ ਵੀ ਕੋਈ ਆਸ ਹੈਗੀ ਹੈ ਕਿੰਨੇ ਕੁ ਦਿਨ ਲੱਗਣਗੇ ਜਾਂ ਕੁਛ ਘੰਟੇ ਲੱਗਣਗੇ? ਨਹੀਂ, ਇੱਕ ਅੱਧੇ ਦਿਨ 'ਚ ਇਹਨੂੰ ਬਿਲਕੁਲ ਕਲੀਅਰ ਹੋ ਜਾਊਗਾ ਸਰ, ਇੱਕ ਅੱਧੇ ਦਿਨ 'ਚ ਇਨਸਾਫ਼ ਮਿਲਣ ਦੀ ਪੂਰੀ ਆਸ। ਬਿਲਕੁਲ ਇਨਸਾਫ਼ ਮਿਲੂਗਾ ਜੀ ਸਰ, ਇਨਸਾਫ਼ ਮਿਲੂਗਾ ਜੀ।